0. ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅਤੇ ਦੋਸਤੋ ਅੱਜ ਦਿਨ ਹੈ ਜੀ ਸੋਮਵਾਰ ਅਤੇ ਮਈ ਮਹੀਨੇ ਦੀ 8 ਤਰੀਕ ਹੈ ਜੀ। ਅਤੇ ਦੋਸਤੋ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ ਅਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਉਹ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਅਤੇ ਦੋਸਤੋ ਇਸ ਤੋਂ ਪਹਿਲਾਂ ਕਿ ਅੱਜ ਦੀਆਂ ਵਿਚਾਰ ਚਰਚਾ ਖਬਰਾਂ ਦੇ ਉੱਤੇ ਜਿਹੜੀ ਹੋਣੀ ਹੈ ਉਹਦੇ ਲਈ ਸ਼ਿਵਿੰਦਰ ਜੀ ਨਾਲ ਰਾਬਤਾ ਕਾਇਮ ਕਰੀਏ, ਉਸ ਤੋਂ ਪਹਿਲਾਂ ਕੁਝ ਵਪਾਰਕ ਸੁਨੇਹੇ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਵਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਜੀ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਗੁਰਿੰਦਰ ਗਰੇਵਾਲ ਹੋਰਾਂ ਦਾ ਫੋਨ ਨੰਬਰ ਹੈ ਜੀ 206-944-5454। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਗੁਰਿੰਦਰ ਗਰੇਵਾਲ ਹੋਰਾਂ ਦਾ 206-941-5454। ਇਸੇ ਤਰ੍ਹਾਂ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਹਲ ਅਤੇ ਲੋਕਪਾਲ ਸੋਹਲ ਨਾਲ ਤੁਸੀਂ ਸੰਪਰਕ ਸਥਾਪਿਤ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ ਜੀ 253-520-888-6। ਤੁਸੀਂ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਦਾ ਪਤਾ ਹੈ ਜੀ 249-15-104 Avenue ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਜੀ, ਬਿਲਕੁਲ। ਔਰ ਅਗਲਾ ਵਪਾਰਕ ਸੁਨੇਹਾ ਜੀ, ਸਕਿਨ ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮਿਓਪੈਥੀ ਦੇ ਡਾਕਟਰ ਹਰਮਿੰਦਰ ਨਾਲ 408-737-7100 'ਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹ ਫੋਨ 'ਤੇ ਵੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਅਤੇ ਤੁਹਾਡੇ ਘਰ ਦਵਾਈ ਵੀ ਭੇਜ ਦਿੰਦੇ ਨੇ। ਅਤੇ ਦੋਸਤੋ ਜਾਂਦੇ ਜਾਂਦੇ ਇੱਕ ਹੋਰ ਜ਼ਰੂਰੀ ਵਪਾਰਕ ਸੁਨੇਹਾ, ਏਸੀ ਜੁਐਲਰ ਵੱਲੋਂ ਮਦਰ ਡੇ ਮੌਕੇ ਵੱਡਾ ਐਲਾਨ, ਹੀਰੇ ਦੇ ਗਹਿਣਿਆਂ 'ਤੇ 50% ਛੋਟ, ਸੋਨੇ ਦੇ ਗਹਿਣਿਆਂ 'ਤੇ ਨਾਲ ਸਪੈਸ਼ਲ ਗਿਫਟ। ਤਾਂ ਜਲਦੀ ਕਾਲ ਕਰੋ ਏਸੀ ਜੁਐਲਰ ਹੋਣਾ ਨੂੰ। ਇਹਨਾਂ ਦਾ ਫੋਨ ਨੰਬਰ ਹੈ ਜੀ 253-656-2666। ਇਹਨਾਂ ਦਾ ਐਡਰੈਸ ਹੈ ਜੀ 25416-104 Avenue ਕੈਂਟ ਵਾਸ਼ਿੰਗਟਨ। ਅਤੇ ਦੋਸਤੋ ਆਓ ਫਿਰ ਰੁੱਖ ਕਰਦੇ ਹਾਂ ਸ਼ਿਵਿੰਦਰ ਹੋਣਾ ਦਾ ਅਤੇ ਜਾਣੀਏ ਅੱਜ ਦੀਆਂ ਤਾਜ਼ਾ ਖਬਰਾਂ ਅਤੇ ਵਿਚਾਰ ਚਰਚਾ ਲਈ। ਸ਼ਿਵਿੰਦਰ ਜੀ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ੁਕਰੀਆ ਸਰ, ਮਿਹਰਬਾਨੀ ਜੀ। ਸ਼ਿਵਿੰਦਰ ਜੀ ਬੜੀ ਜਿਹੜੀ ਹੈ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ, ਦਰਬਾਰ ਸਾਹਿਬ ਨੇੜੇ ਧਮਾਕਾ ਹੋਇਆ ਜੀ। ਧਮਾਕੇ ਬਾਰੇ ਕੀ ਹੋਰ ਅਹਿਮ ਜਾਣਕਾਰੀ? ਦਰਅਸਲ ਦੂਸਰਾ ਧਮਾਕਾ ਕਹਿ ਸਕਦੇ ਹਾਂ, ਇੱਕ ਤਾਂ ਕੱਲ ਖਬਰ ਆਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਦੂਜਾ ਧਮਾਕਾ ਇਹ ਕਰੀਬ 6 ਹੋਇਆ, ਅੱਜ ਸਵੇਰੇ 6 ਤੇ ਮੈਂ ਜਰਾ ਤੁਹਾਨੂੰ ਕੱਲ ਦੀ ਜਿਹੜੀ ਖਬਰ ਹੈ ਉਹ ਜ਼ਰੂਰ ਇੱਕ ਵਾਰ ਦੱਸਦੇ ਹਾਂ। ਕੱਲ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਦੇ ਵਿੱਚ ਧਮਾਕਾ ਹੋਇਆ ਸੀ। ਐਕਚੁਲੀ ਇਹਨੂੰ ਜ਼ਿਆਦਾ ਕਹਿ ਲਓ ਵੀ ਕੱਲ ਕਹਿ ਲਓ ਜਾਂ ਫਿਰ ਪਰਸੋਂ ਰਾਤ ਨੂੰ ਕਹਿ ਲਓ, ਇਹ ਧਮਾਕਾ ਜਿਹੜਾ ਹੈਗਾ ਫਿਲਹਾਲ ਭੇਤ ਬਣਿਆ ਹੋਇਆ ਜੀ, ਕਿਉਂਕਿ ਇਸ ਧਮਾਕੇ ਦੇ ਨਾਲ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਨੇ। ਹੈਰੀਟੇਜ ਸਟਰੀਟ ਵਿੱਚ ਆਏ ਕੋਈ ਯਾਤਰੀ ਜ਼ਖਮੀ ਹੋਏ ਸੀ। ਇਹ ਕਰੀਬ ਲਗਭਗ ਰਾਤੀ 12 ਵਾਪਰੀ ਘਟਨਾ ਸੀਗੀ। ਮਤਲਬ ਇਹ ਪਰਸੋਂ ਰਾਤ ਨੂੰ ਕਹਿ ਲਓ ਵੀ ਵਾਪਰੀ ਘਟਨਾ ਸੀ। ਹੈਰੀਟੇਜ ਸਟਰੀਟ ਦੇ ਵਿੱਚ ਸਾਰਾਗੜੀ ਨਿਵਾਸ ਦੇ ਸਾਹਮਣੇ ਪਾਰਕਿੰਗ ਦੇ ਵਿੱਚ ਧਮਾਕੇ ਦੇ ਨਾਲ ਸ਼ੀਸ਼ੇ ਟੁੱਟ ਗਏ। ਸ਼ੀਸ਼ਿਆਂ ਦੀਆਂ ਜੋ ਕੰਕਰ ਵੱਜਣ ਦੇ ਕਰਕੇ ਕੁਝ ਯਾਤਰੀ ਜ਼ਖਮੀ ਹੋਏ ਤੇ ਮੌਕੇ ਤੇ ਹਜ਼ਾਰਾਂ ਹਾਜ਼ਰ ਲੋਕ ਨੇ ਜੋ, ਉਹਨਾਂ ਦੇ ਮੁਤਾਬਕ ਰਾਤ ਵੇਲੇ ਕਾਫੀ ਧਮਾਕਾ ਹੋਇਆ ਜਿਹਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਤੇ ਧਮਾਕੇ ਤੋਂ ਬਾਅਦ ਜਿਹੜਾ ਅੱਗ ਨਿਕਲਣੀ ਸ਼ੁਰੂ ਹੋਈ ਤੇ ਇਹਦੇ ਨਾਲ ਹੀ ਧੂੰਆਂ ਉੱਠਿਆ ਤੇ ਸ਼ੀਸ਼ੇ ਦੀਆਂ ਜਿਹੜੀਆਂ ਕੰਕਰ ਵੱਜਣ ਦੇ ਕਰਕੇ ਜ਼ਖਮੀ ਹੋਈਆਂ ਜੋ ਕੁੜੀਆਂ ਸੀਗੀਆਂ, ਦੱਸਿਆ ਜਾ ਰਿਹਾ ਕਿ ਉਹ ਹਰਿਆਣੇ ਸੂਬੇ ਤੋਂ ਆਈਆਂ ਹੋਈਆਂ ਸੀਗੀਆਂ। ਤੇ ਇਹਦੇ ਨਾਲ ਹੀ ਅੱਜ ਜਿਹੜਾ 6 ਧਮਾਕਾ ਹੋਇਆ, 6 ਵਾਲੇ ਦਾ ਹੈ ਕਿ ਉਹ
दरबार साहब नूं जांदी उही हैरीटेज स्ट्रीट है उत्थे फिर धमाका होया ਇਹ 6 ਵਜੇ ਦਾ। ਅੰਮ੍ਰਿਤਸਰ ਦੇ ਜੋ ਕਮਿਸ਼ਨਰ ਪੁਲਿਸ ਹੈ ਉਹਨਾਂ ਦੇ ਸਮੇਤ ਕਈ ਸਾਰੇ ਸੀਨੀਅਰ ਅਫਸਰ ਮੌਕੇ ਤੇ ਪੁੱਜ ਗਏ। ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਫੋਰੈਂਸਿਕ ਟੀਮ ਨੇ ਮੌਕੇ ਦੇ ਉੱਤੇ ਸੈਂਪਲ ਲੈ ਲਏ ਤੇ ਸ਼ੱਕੀ ਵਸਤਾਂ ਮਿਲੀਆਂ ਨੇ। ਇਹ ਧਮਾਕੇ ਦੀ ਖ਼ਬਰ 6 ਵਜੇ ਤੇ ਇਹੀ ਖ਼ਬਰ ਆ ਗਈ ਹੈ ਜਿਹੜਾ ਹੋਇਆ ਉਹ 6 ਵਜੇ ਤੱਕ ਹੈ। ਉਹਦੀ ਹੁਣ ਉੱਚ ਪੱਧਰੀ ਜਾਂਚ ਦੀ ਗੱਲ ਆਖੀ ਜਾਰੀ ਹੈਗੀ ਹੈ। ਲੇਕਿਨ ਇਹਦਾ ਕੀ ਕਾਰਨ ਹੈ ਤੇ ਕੀ ਉਹ ਧਮਾਕਾ ਜਿਹੜਾ ਹੈਗਾ ਕੁਛ ਕੋਈ ਇਸ ਤਰ੍ਹਾਂ ਦਾ ਪਦਾਰਥ ਸੀ ਉਹਦੇ ਕਰਕੇ ਹੋਇਆ ਜਾਂ ਇਹ ਕੋਈ ਵੱਡੀ ਕੋਈ ਸਾਜਿਸ਼ ਹੈ ਜਾਂ ਫਿਰ ਕੁਛ ਹੋਰ ਕਾਰਨ ਹੈ ਇਹਦਾ ਹਲੇ ਕੁਛ ਵੀ ਇਹਦੀ ਕੋਈ ਥੋ ਪਤਾ ਨਹੀਂ ਲੱਗ ਸਕਿਆ। ਅੱਛਾ ਇਹਦਾ ਕੋਈ ਪ੍ਰਤੱਖ ਦਰਸ਼ੀ ਵੀ ਸਾਹਮਣੇ ਕੋਈ ਨਜ਼ਰ ਨਹੀਂ ਆਇਆ ਕਿ ਜਿਸ ਦੇ ਆਲੇ ਦੁਆਲੇ ਜਿਸ ਦੁਕਾਨ ਜਾਂ ਜਿਸ ਦੇ ਘਰ ਦੇ ਜਾਂ ਜਿਸ ਵੀ ਜਗ੍ਹਾ ਦੇ ਆਲੇ ਦੁਆਲੇ ਕੋਈ ਪ੍ਰਤੱਖ ਦਰਸ਼ੀ ਦਾ ਕੋਈ ਸੀਗਾ ਵੀ ਜਿਵੇਂ ਜਿਹੜਾ ਕੱਲ ਵੀ ਜਿਵੇਂ ਹੋਇਆ ਵੀ ਇੱਕਦਮ ਜਿਵੇਂ ਉਹ ਗੱਡੀਆਂ ਦੇ ਕੋਲ ਇਹ ਧਮਾਕਾ ਹੋਇਆ ਹੈਗਾ ਜਿੱਥੇ ਉਹ ਤੁਸੀਂ ਦੇਖੀ ਹੋਣੀ ਉਹ ਹੈਰੀਟੇਜ ਸਟਰੀਟ ਉੱਥੇ ਕੁਛ ਗੱਡੀਆਂ ਖੜੀਆਂ ਸੀਗੀਆਂ ਕਿਉਂਕਿ ਐਕਚੁਲੀ ਰਾਤ ਦਾ ਟਾਈਮ ਸੀਗਾ ਇਹ ਜਿਹੜਾ ਕੱਲ ਹੋਇਆ ਉਹ ਵੀ ਟਾਈਮ ਹੈ ਜਿਹਾ ਸੀ ਜਦੋਂ ਹੁਣ ਰਾਤ ਦੇ 12 ਵਜੇ ਦਾ ਟਾਈਮ ਸੀਗਾ ਤੇ ਅੱਜ ਜਿਹੜਾ ਹੋਇਆ ਉਹ ਸਵੇਰੇ 6 ਵਜੇ ਦਾ ਟਾਈਮ ਸੀਗਾ। ਉਹ ਟਾਈਮ ਵੀ ਇਸ ਤਰ੍ਹਾਂ ਦਾ ਸੀਗਾ ਹਾਲਾਂਕਿ ਉਹ ਇਹ ਤਾਂ ਨਹੀਂ ਕਹਿ ਸਕਦੇ ਵੀ ਉੱਥੇ ਲੋਕ ਨਹੀਂ ਸੀਗੇ ਪਰ ਲੋਕਾਂ ਨੇ ਉਹੀ ਵਾਕਿਆ ਦੱਸਿਆ ਵੀ ਕਿਵੇਂ ਅਸੀਂ ਇੱਕਦਮ ਡਰ ਗਏ ਐਂ ਹੋਇਆ ਪਰ ਉਹਦਾ ਕੋਈ ਇਸ ਤਰ੍ਹਾਂ ਦਾ ਪ੍ਰਤੱਖ ਦਰਸ਼ਨੀ ਵੀ ਜਿਹੜਾ ਕਿ ਦੱਸ ਸਕੇ ਵੀ ਇਹਦੇ ਇਹਨੂੰ ਅੰਜਾਮ ਦੇਣ ਲਈ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਸੀ ਜਾਂ ਕੋਈ ਹੋਰ ਸੀ ਉਹ ਚੀਜ਼ ਨਹੀਂ ਹੈਗੀ ਮਤਲਬ ਹਾਲੇ ਤੱਕ ਸਾਹਮਣੇ ਆਈ। ਉਹਦਾ ਕਾਰਨ ਇਹ ਹੈਗਾ ਕਿ ਇਹ ਜਦ ਤੱਕ ਉੱਥੇ ਕੋਈ ਚੀਜ਼ ਇਸ ਤਰ੍ਹਾਂ ਦੀ ਰੱਖੀ ਹੋ ਸਕਦੀ ਹੈ ਜੇ ਕੁਛ ਵੀ ਹੋ ਸਕਦਾ ਹਾਲੇ ਆਈ ਡੋਂਟ ਨੋ ਕਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਹਾਲ ਦੇ ਦਿਨਾਂ ਚਿਕਰ ਇਹਦੀ ਕੋਈ ਸਪਸ਼ਟ ਤੌਰ ਦੇ ਉੱਤੇ ਜਾਂਚ ਸਾਹਮਣੇ ਨਹੀਂ ਆਉਂਦੀ ਹੈਗੀ ਪਰ ਇਹ ਕਾਫੀ ਮੰਦਭਾਗੀ ਖ਼ਬਰ ਹੈਗੀ ਹੈ ਤੇ ਇਸ ਖ਼ਬਰ ਦੇ ਬਾਰੇ ਹਾਲੇ ਇੱਕ ਤਰ੍ਹਾਂ ਦਾ ਭੇਤ ਹੀ ਬਣਿਆ ਹੋਇਆ। ਸ਼ਿਵਿੰਦਰ ਜੀ ਕੋਈ ਅਣਸੁਖਾਵੀ ਘਟਨਾ ਭਵਿੱਖ ਦੇ ਵਿੱਚ ਨਾ ਵਾਪਰੇ ਉਹਦੇ ਲਈ ਕੋਈ ਬੁਲੇਟਿਨ ਜਾਰੀ ਕੀਤਾ? ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਮਸਲਾ ਹੈਗਾ ਸਿਕਿਉਰਿਟੀ ਨੂੰ ਲੈ ਕੇ ਪੂਰੇ ਭਾਰਤ ਤੋਂ ਬਾਹਰਲੇ ਮੁਲਕਾਂ ਤੋਂ ਵੀ ਸੈਲਾਨੀ ਯਾਤਰੀ ਸੰਗਤ ਉੱਥੇ ਪਹੁੰਚਦੀ ਹੈ। ਕੋਈ ਇੱਦਾਂ ਦਾ ਬੁਲੇਟਿਨ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਕੋਈ ਅਹਤਿਆਤ ਲਈ ਕੋਈ ਕਦਮ ਚੱਕੇ ਹੋਣ ਕੋਈ ਨਜ਼ਰ 'ਚ ਹੋਵੇ ਤੁਹਾਡੇ? ਹਾਂ ਜੀ ਕਨੀਤਾ, ਜਿਵੇਂ ਪੁਲਿਸ ਦੇ ਆਲਾ ਅਫਸਰਾਂ ਦਾ ਇਹੀ ਕਹਿਣਾ ਕਿ ਅਸੀਂ ਇਸ ਘਟਨਾ ਤੋਂ ਬਾਅਦ ਹੋਰ ਅਲਰਟ ਹੋ ਗਏ ਹਾਂ। ਹੁਣ ਮਸਲਾ ਤਾਂ ਇਹੀ ਹੈ ਨਾ ਕਿ ਪੰਜਾਬ ਦੇ ਵਿੱਚ ਨਾ ਜਿਹੜਾ ਇਹ ਸਾਰਾ ਇੱਕ ਦੌਰ ਚੱਲ ਰਿਹਾ ਹੈ ਉਹ ਸਾਰਾ ਦੌਰ ਕੁਝ ਇਸ ਤਰ੍ਹਾਂ ਦਾ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਹੈ ਇਹਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਜਿਹੜਾ ਜਿਹੜੀਆਂ ਕਹਿ ਲਓ ਕਿ ਸ਼ਕਤੀਆਂ ਕਿਤੇ ਨਾ ਕਿਤੇ ਕਾਰਜਸ਼ੀਲ ਨੇ ਜੋ ਕਿ ਚਾਹੁੰਦੀਆਂ ਨੇ ਵੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਰਕਤ ਹੋਵੇ। ਇਹ ਵੀ ਯਾਦ ਰੱਖਣਾ ਚਾਹੀਦਾ ਵੀ ਬਾਈ ਇਲੈਕਸ਼ਨ ਵੀ ਆਪਣੇ ਸਿਰ ਤੇ ਹੀ ਖੜੀ ਹੈਗੀ ਹੈ, 10 ਤਰੀਕ ਨੂੰ ਇਲੈਕਸ਼ਨ ਹੋਣੀ ਹੈ, ਇਹਦਾ ਕੋਈ ਇਹਦੇ ਨਾਲ ਵੀ ਕੋਈ ਕਨੈਕਸ਼ਨ ਹੋ ਸਕਦਾ ਜਾਂ ਫਿਰ ਇੱਕ ਜਿਹੜੀ ਹੈਗੀ ਆ ਹੋਰ ਦੀਆਂ ਤਾਕਤਾਂ ਦੀ ਜਿਹੜੀ ਕੋਈ ਲੌਂਗ ਟਾਈਮ ਦੀ ਕੋਈ ਵਿਉਂਤਬੰਦੀ ਹੈ, ਲੰਮੇ ਸਮੇਂ ਦੀ ਕੋਈ ਵਿਉਂਤਬੰਦੀ ਹੈ, ਇਹ ਕਾਰਨ ਹੋ ਸਕਦਾ। ਇਹਦੇ ਬਹੁਤ ਸਾਰੇ ਪਹਿਲੂ ਹੈਗੇ ਨੇ, ਫਿਲਹਾਲ ਤਾਂ ਇਹੀ ਹੈ ਕਿ ਜਿਹਨਾਂ ਚਿਕਰ ਕੋਈ ਸਾਹਮਣੇ ਨਹੀਂ ਆਉਂਦਾ ਤਾਂ ਉਹਨਾਂ ਚਿਕਰ ਘੱਟੋ ਘੱਟ ਜਿਹੜੀ ਰਾਜ ਕਰਦੀ ਹੋਈ ਪਾਰਟੀ ਉਹਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣਾ ਘਰ ਪੱਕਾ ਰੱਖੇ ਵੀ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਉਹ ਕਾਮਯਾਬ ਨਾ ਹੋ ਸਕਣ। ਸ਼ਿਵਿੰਦਰ ਜੀ, ਕਿਸੇ ਅਖਬਾਰ ਨੇ ਵੀ ਇਸ ਨੂੰ ਮੁੱਖ ਸੁਰਖੀ ਬਣਾਇਆ ਜੋ ਪਰਸੋਂ ਦੀ ਵਾਪਰੀ ਹੋਈ ਘਟਨਾ ਰਾਤ ਦੀ? ਅੱਜ ਟ੍ਰਿਬਿਊਨ ਨੇ ਬਣਾਇਆ ਇਹਨੂੰ ਮੁੱਖ ਸੁਰਖੀ, ਕੁਛ ਅੰਗਰੇਜ਼ੀ ਅਖਬਾਰਾਂ ਨੇ ਇਹਨੂੰ ਆਧਾਰ ਦਿੱਤਾ ਕਿਉਂਕਿ ਮੈਂ ਅੱਜ ਪੰਜਾਬ ਤੋਂ ਬਾਹਰ ਹੋਣ ਕਰਕੇ ਮੈਂ ਪੰਜਾਬੀ ਦੇ ਅਖਬਾਰ ਨਹੀਂ ਦੇਖ ਸਕਿਆ ਹੈ ਕਿਉਂਕਿ ਪੰਜਾਬੀ ਦਾ ਮੈਂ ਸਿਰਫ ਇੱਕੋ ਹੀ ਅਖਬਾਰ ਦੇਖਿਆ ਉਹ ਹੈਗਾ ਪੰਜਾਬੀ ਟ੍ਰਿਬਿਊਨ। ਪੰਜਾਬੀ ਟ੍ਰਿਬਿਊਨ ਦੇ ਵਿੱਚ ਫਰੰਟ ਪੇਜ ਦੀ ਖਬਰ ਬਣੀ ਹੋਈ ਸੀ ਜਿਹੜਾ ਕੱਲ੍ਹ ਵਾਲਾ ਹਾਦਸਾ ਸੀਗਾ ਕਿਉਂਕਿ ਅੱਜ ਤਾਂ ਹੁਣ ਕੱਲ੍ਹੋਂ ਬਣੂਗੀ ਨਾ ਕਿਉਂਕਿ ਅੱਜ ਸਵੇਰੇ 6 ਵਜੇ ਹੋਈ ਹੈ ਘਟਨਾ ਤੇ ਇੰਗਲਿਸ਼ ਅਖਬਾਰਾਂ ਦੇ ਵਿੱਚ ਇਹਨੂੰ ਜਗ੍ਹਾ ਮਿਲੀ ਹੋਈ ਸੀ। ਮੈਂ ਸਗੋਂ ਜਿਹੜੇ ਦੂਜੇ ਐਡੀਸ਼ਨ ਵੀ ਚੈੱਕ ਕੀਤੇ ਨੇ ਜਿਵੇਂ ਮੰਨ ਲਓ ਕਿ ਜਿਹੜੀ ਸਟੇਟ 'ਚ ਮੈਂ ਉੱਥੇ ਦਾ ਵੀ ਐਡੀਸ਼ਨ ਉੱਥੇ ਦੇ ਵੀ ਅੰਦਰਲੇ ਸਫ਼ੇ ਸੀਗੀ ਤੇ ਇਹਨੂੰ ਅੰਗਰੇਜ਼ੀ ਅਖਬਾਰਾਂ 'ਚ ਹਲੇ ਮਿਲੀ ਹੋਈ ਹੈਗੀ ਹੈ ਜਗ੍ਹਾ, ਬਟ ਪੰਜਾਬੀ ਅਖਬਾਰਾਂ ਵਿੱਚੋਂ ਪੰਜਾਬੀ ਟ੍ਰਿਬਿਊਨ ਮੈਂ ਦੇਖਿਆ, ਬਾਕੀ ਮੈਂ ਕੋਈ ਅਖਬਾਰ ਦੇਖ ਨਹੀਂ ਸਕਿਆ ਹੈਗਾ ਆਪਣਾ ਪੰਜਾਬ ਤੋਂ ਬਾਹਰ ਹੋਣ ਕਰਕੇ ਪੰਜਾਬੀ ਦਾ। ਜੀ, ਰੁੱਖ ਕਰਦੇ ਹਾਂ ਦਿੱਲੀ ਦਾ, ਭਲਵਾਨਾਂ ਦਾ ਸੰਘਰਸ਼ ਜਿਹੜਾ ਹੈਗਾ ਅਗਲੇ ਪੜਾਅ ਵੱਲ ਨੂੰ ਵੱਧ ਰਿਹਾ, ਉੱਥੇ ਪੰਜਾਬ ਦੀਆਂ ਸਿਰਮੌਰ ਕਿਸਾਨ ਜਥੇਬੰਦੀਆਂ ਖਾਬ ਪੰਚਾਇਤਾਂ ਹਰਿਆਣੇ ਤੋਂ ਯੂਪੀ ਤੋਂ ਕਾਫੀ ਉਹਨਾਂ ਦੇ ਦਰਦ ਦੇ ਵਿੱਚ ਉਹਨਾਂ ਦੇ ਸੰਘਰਸ਼ ਦੇ ਵਿੱਚ ਕੁੱਦ ਚੁੱਕੇ ਨੇ ਤੇ ਤਾਜ਼ਾ ਹਾਲਾਤ ਉੱਥੇ ਕੀ ਬਣੇ ਹੋਏ ਨੇ ਜੀ? ਭਲਵਾਨਾਂ ਦੇ ਸੰਘਰਸ਼ ਨੂੰ ਦੇਖਿਓ ਤਾਂ ਕਿੱਧਰ ਦਾ ਰੁਖ ਹੈ ਜਿਹੜੀ ਹੈਗੀ ਆ ਉਹ ਅਜੇ ਤੱਕ ਮੰਨਣ ਨੂੰ ਤਿਆਰ ਨਹੀਂ, ਟਸ ਤੋਂ ਮਸ ਨਹੀਂ ਹੋ ਰਹੀ ਹੈ। ਭਲਵਾਨਾਂ ਨੇ ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ ਜੀ। ਇਹਦੇ ਨਾਲ ਹੀ ਇਹਨਾਂ ਸਰਕਾਰ ਵੱਲੋਂ ਪ੍ਰਚਾਰ ਹੋ ਗਿਆ ਕਿ ਦੇਖੋ ਜੀ ਇਹ ਤਾਂ ਇਹਨਾਂ ਨੂੰ ਤਾਂ ਕਿਸਾਨ ਜਥੇਬੰਦੀਆਂ ਲੀਡ ਕਰਦੀਆਂ ਤੇ ਪਹਿਲਵਾਨ ਆਗੂਆਂ ਦੇ ਵਿਚਾਰ ਸਾਹਮਣੇ ਆ ਗਏ, ਖਾਸ ਕਰਕੇ ਵਿਨੇਸ਼ ਫੋਗਾਟ ਦਾ ਕਿ ਧਰਨੇ
ਜੀ ਕਮਾਨ ਕਿਸਾਨ ਜਥੇਬੰਦੀਆਂ ਦੇ ਹੱਥ ਨਹੀਂ ਸਾਡੇ ਹੱਥ ਹੀ ਹੈਗੀ ਆ ਉਹ ਸਾਨੂੰ ਸਪੋਰਟ ਕਰਨ ਲਈ ਆਏ ਹੈਗੇ ਨੇ ਤੇ ਕੱਲ ਵੀ ਜਿਹੜਾ ਕਿਸਾਨ ਆਗੂਆਂ ਦੇ ਵਿੱਚ ਇੱਕ ਤਾਂ ਰਕੇਸ਼ ਟਕੈਤ ਮੇਹਰ ਸਿੰਘ ਬਲਦੇਵ ਸਿੰਘ ਸਿਰਸਾ ਇਹ ਆਗੂ ਪਹੁੰਚੇ ਨੇ ਕੱਲ ਅਗਰਾਹਾਂ ਗਰੁੱਪ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਖਾਸ ਕਰਕੇ ਮਹਿਲਾ ਜਿਹੜੇ ਕਿਸਾਨ ਸਾਥੀ ਆ ਉਹਨਾਂ ਨੂੰ ਲੈ ਕੇ ਔਰਤ ਕਿਸਾਨਾਂ ਨੂੰ ਲੈ ਕੇ ਪਹੁੰਚਿਆ ਕਿਉਂਕਿ ਇਹ ਪੰਜਾਬ ਦਾ ਇੱਕ ਇਹੋ ਜਿਹਾ ਗਰੁੱਪ ਹੈ ਜਿਹਦੇ ਕੋਲ ਔਰਤ ਕਿਸਾਨ ਜਿਹੜੀਆਂ ਨੇ ਉਹਨਾਂ ਦੇ ਕੋਲ ਵੀ ਬਹੁਤ ਵੱਡੀ ਗਿਣਤੀ ਹੈਗੀ ਆ ਕੱਲ ਵਾਡਰਾਂ ਤੇ ਰੋਕਿਆ ਗਿਆ ਲੇਕਿਨ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ ਬੈਰੀਕੇਡਾਂ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਅੱਗੇ ਵਧੇ ਅੱਗੇ ਇਹਦੋਂ ਬਿਨਾਂ ਜੇ ਕੱਲ ਰਾਤੀ ਪੰਜਾਬ ਤੇ ਹਰਿਆਣੇ ਦੇ ਵਿੱਚ ਮੋਮਬੱਤੀ ਮਾਰਚ ਵੀ ਹੋਏ ਇਹਨਾਂ ਖਿਡਾਰੀਆਂ ਦੇ ਹੱਕ ਦੇ ਵਿੱਚ ਇਹਨਾਂ ਨੂੰ ਇਨਸਾਫ਼ ਦਵਾਉਣ ਲਈ ਉਹਦੀਆਂ ਵੀ ਵੱਖ ਵੱਖ ਥਾਵਾਂ ਤੋਂ ਖ਼ਬਰਾਂ ਆਈਆਂ ਨੇ ਮੈਂ ਇਸ ਸਮੇਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਹਰਿਆਣੇ ਤੇ ਸਟੇਟ ਦੇ ਵਿੱਚ ਹੀ ਹਾਂ ਹਰਿਆਣੇ ਵਿੱਚ ਕੱਲ ਕਈ ਜਗ੍ਹਾ ਦੇ ਉੱਤੇ ਕਰਨਾਲ ਦੇ ਵਿੱਚ ਕੁਰੂਕਸ਼ੇਤਰ ਦੇ ਵਿੱਚ ਇਹਦੇ ਨਾਲ ਹੀ ਜਿਹੜਾ ਜੀਂਦ ਵਾਲੀ ਬੈਲਟ ਹੈ ਰੋਹਤਕ ਹੋ ਗਿਆ ਸੋਨੀਪਤ ਹੋ ਗਿਆ ਝੱਜਰ ਵਾਲਾ ਇਲਾਕਾ ਹੋ ਗਿਆ ਇੱਥੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਚਾਹੇ ਉਹ ਛੋਟੇ ਰੂਪ ਚਾਹੇ ਵੱਡੇ ਰੂਪ 'ਚ ਮੋਮਬੱਤੀ ਮਾਰਚ ਹੋਏ ਨੇ ਤੇ ਇਹਦੇ ਨਾਲ ਹੀ ਨਾ ਪੰਜਾਬ ਦੇ ਵਿੱਚੋਂ ਵੀ ਖ਼ਬਰਾਂ ਆ ਰਹੀਆਂ ਨੇ ਮੇਰੇ ਆਪਣੇ ਸਰੋਤਾਂ ਦੇ ਮੁਤਾਬਕ ਪਤਾ ਲੱਗਿਆ ਕਿ ਇੱਥੇ ਵੱਖ ਵੱਖ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਪੋਰਟ ਕੀਤੀ ਆ ਉਹ ਨੌਜਵਾਨਾਂ ਨੇ ਸਪੋਰਟ ਕੀਤੀ ਆ ਉਹਨਾਂ ਨੇ ਵੀ ਕੈਂਡਲ ਮਾਰਚ ਪੰਜਾਬ ਦੇ ਵਿੱਚ ਕੀਤੇ ਨੇ ਜੀ ਭਲਵਾਨਾਂ ਦੀ ਖਬਰ ਨਾਲ ਇੱਕ ਹੋਰ ਜਿਹੜੀ ਪੈਰਲਰ ਟ੍ਰੋਲ ਹੋ ਰਿਹਾ ਜੀ ਉਹ ਬ੍ਰਿਜ ਭੂਸ਼ਣ ਸ਼ਰਨ ਦੇ ਹੱਕ ਦੇ ਵਿੱਚ ਹੋਈ ਜਾਂਦੇ ਆ ਇਹਨਾਂ ਦੀਆਂ ਹੀ ਪਿਕਚਰਸ ਭਲਵਾਨਾਂ ਦੀਆਂ ਲੈ ਕੇ ਉਹਨਾਂ ਨੂੰ ਦਿੱਤੇ ਹੋਏ ਤਮਗੇ ਇਨਾਮ ਉਹ ਸੋਸ਼ਲ ਮੀਡੀਆ 'ਤੇ ਦਿਖਾਏ ਜਾ ਰਹੇ ਆ ਅਤੇ ਕਿਤੇ ਨਾ ਕਿਤੇ ਦਿੱਲੀ ਪੁਲਿਸ ਜਿਹੜੇ ਐਫਰਟ ਕਰ ਰਹੀ ਹੈ ਜਾਂ ਜਿਹੜਾ ਕੋਸ਼ਿਸ਼ ਕਰ ਰਹੀ ਹੈ ਉਹ ਤੁਹਾਨੂੰ ਲੱਗਦਾ ਕਿ ਭਲਵਾਨਾਂ ਨੂੰ ਨਿਆਂ ਦਵਾਉਣ ਦੇ ਵਿੱਚ ਹੋ ਰਹੀ ਦੇਰੀ ਨੂੰ ਸਰਕਾਰ ਵੱਲੋਂ ਚੁੱਪ ਰਹਿਣਾ ਕੇਂਦਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਸਮਾਜਿਕ ਸਮੱਸਿਆਵਾਂ ਆਉਣ ਵਾਲੇ ਸਮੇਂ ਦੇ ਵਿੱਚ ਵਧਣ ਵੱਲ ਨਹੀਂ ਧਿਆਨ ਦਿੰਦੀਆਂ ਕਿ ਪਰਿਵਾਰ ਜਿਹੜੇ ਹੁੰਦੇ ਆ ਖੇਡਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਆ ਕੋਚ ਦੇ ਉਹਨਾਂ ਦੀ ਜੋ ਰੈਸਲਿੰਗ ਫੈਡਰੇਸ਼ਨ ਆ ਉਹਨਾਂ ਦੇ ਵਿਸ਼ਵਾਸ ਕਰਕੇ ਅਤੇ ਆਉਣ ਵਾਲੇ ਸਮੇਂ 'ਚ ਲੜਕੀ ਲਈ ਤੁਹਾਨੂੰ ਲੱਗਦਾ ਕਿ ਖੇਡਾਂ ਦੂਰ ਦਾ ਘਰ ਹੋ ਸਕਦੀਆਂ ਨੇ ਪਰਿਵਾਰ ਪਿੱਛੇ ਹਟ ਸਕਦੇ ਆ ਹਾਂ ਚਿੰਤਾ ਤਾਂ ਹੁੰਦੀ ਆ ਤਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਉਰੇ ਹੁਣ ਦਿੱਕਤ ਵੱਡੀ ਆਪਣਾ ਬਰਾੜ ਸਾਹਿਬ ਇਹ ਹੈਗੀ ਆ ਕਿ ਦਿੱਲੀ ਪੁਲਿਸ ਇਮਾਨਦਾਰ ਨਹੀਂ ਹੈ ਕਿਉਂਕਿ ਦਿੱਲੀ ਪੁਲਿਸ ਨੇ ਪਹਿਲੀ ਗੱਲ ਤਾਂ ਇਹ ਕਿ FIR ਦਰਜੀ ਉਦੋਂ ਕੀਤੀ ਜਦੋਂ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੁਪਰੀਮ ਕੋਰਟ ਨੇ ਹੁਣ ਦਖਲ ਦੇ ਕੇ ਕਹਿਣਾ ਪਿਆ ਫਿਰ ਇਹਨਾਂ ਨੇ FIR ਦਰਜ ਕੀਤੀ ਹੁਣ ਵੀ ਜਿਹੜਾ ਜੇਕਰ ਤੁਸੀਂ ਦੇਖੋ ਨਾ ਮੁਹੰਮਦ ਜ਼ਬੈਰ ਦੇ ਮਾਮਲੇ ਵਿੱਚ ਹੋਰ ਕਾਰਕੁਨਾਂ ਦੇ ਮਾਮਲੇ ਵਿੱਚ FIR ਦਰਜ ਹੁੰਦੀ ਨਹੀਂ ਤਾਂ ਬੰਦਾ ਨੂੰ ਫੜਿਆ ਨਹੀਂ ਜਾਂਦਾ ਜਦੋਂ ਪਹਿਲੀ ਫੜ ਲਿਆ ਜਾਂਦਾ ਵੀ ਹਾਲੇ ਕੁਝ ਸਾਬਤ ਹੀ ਨਹੀਂ ਹੁੰਦਾ ਹੈਗਾ ਦਿੱਲੀ ਪੁਲਿਸ ਜਾ ਕੇ ਫੜ ਲੈਂਦੀ ਹੈ ਜਾਂ ਕਈ ਬੰਦੇ ਨੂੰ ਹੀ ਖੜਕਾ ਦਿੰਦੀ ਹੈ ਇਸ ਮਾਮਲੇ ਵਿੱਚ ਜਿਹੜਾ ਹੈਗਾ FIR ਦਰਜ ਹੋ ਗਈ ਹੈ ਪੁਲਿਸ ਨੇ ਇਦੂ ਬਾਅਦ ਤਸ ਤੋਂ ਮਸ ਨਹੀਂ ਕੁਛ ਕੀਤਾ ਹੈਗਾ ਵੀ ਪੁਲਿਸ ਕੁਛ ਕਰਦੀ ਅੱਛਾ ਜਦੋਂ FIR ਦਰਜ ਹੋ ਜਾਂਦੀ ਹੈ ਤਾਂ ਸਰਕਾਰ ਦਾ ਕਹਿੰਦੇ ਇੱਕ ਨਿੱਜੀ ਤੌਰ ਤੇ ਇੱਕ ਨੈਤਿਕ ਤੌਰ ਤੇ ਫਰਜ਼ ਹੁੰਦਾ ਕਿ ਸਰਕਾਰ ਕਹਿੰਦੀ ਹੈ ਕਿ ਭਾਈ ਜਿੰਨਾ ਜ਼ਿਕਰ ਜੇਕਰ ਸੱਚੀ ਮੁੱਚੀ ਜਿਵੇਂ ਕਹਿੰਦੇ ਨੇ ਵੀ ਅਸੀਂ ਬੜੇ ਇਮਾਨਦਾਰ ਹਾਂ ਅਸੀਂ ਤਾਂ ਬੜੇ ਦੂਜੀਆਂ ਪਾਰਟੀਆਂ ਤੋਂ ਕਦਰਾਂ ਕੀਮਤਾਂ ਵਾਲੇ ਹਾਂ ਜਦੋਂ ਵੀ ਐਡੀਆਂ ਕਦਰਾਂ ਕੀਮਤਾਂ ਨੇ ਤੁਸੀਂ ਜਿਹੜਾ ਜਿੰਨਾ ਚਿਕਰ ਜਾਂਚ ਨਹੀਂ ਮੁਕੰਮਲ ਹੁੰਦੀ ਉਹਨਾਂ ਚਿਕਰ ਇਹਨੂੰ ਕਹਿ ਦਿੰਦੇ ਵੀ ਭਾਈ ਨੈਤਿਕ ਤੌਰ ਤੇ ਆਏ ਕਰ ਤੂੰ ਅਸਤੀਫਾ ਦੇ ਦੇ ਜਦੋਂ ਫਿਰ ਤੂੰ ਇਹਦੇ ਵਿੱਚ ਸਹੀ ਪਾਇਆ ਗਿਆ ਤਾਂ ਦੁਬਾਰੇ ਸਾਂਭ ਲਈ ਜੇ ਤੇਰਾ ਕੋਈ ਕਸੂਰ ਹੋ ਗਿਆ ਫਿਰ ਤੂੰ ਭਾਈ ਤੈਨੂੰ ਜੇਲ੍ਹ ਯਾਤਰਾ ਕਰਨੀ ਪਊਗੀ ਜੇਲ੍ਹ ਦੇ ਵਿੱਚ ਤੈਨੂੰ ਜਾਣਾ ਪਊਗਾ ਸੋ ਇਹਦੇ ਵਿੱਚ ਹੁਣ ਕਾਰਨ ਇਹ ਹੈਗਾ ਕਿ ਯੂਪੀ ਤੋਂ ਆਉਂਦਾ ਇਹ ਬੀਜੇਪੀ ਦਾ MP ਆ ਇਕੱਲਾ MP ਨਹੀਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਚਲਾ ਰਿਹਾ ਰਨ ਕਰ ਰਿਹਾ ਬਹੁਤ ਤਕੜਾ ਪੈਸਾ ਜਦੋਂ ਬਾਬਰੀ ਮਸਜਿਦ ਵਾਲੇ ਨੂੰ ਤੋੜਨ ਦੇ ਮਾਮਲੇ 'ਚ ਜਿਹੜਾ ਲੁੰਪਨ ਐਲੀਮੈਂਟ ਆ ਉੱਥੇ ਗੁੰਡਾਗਰਦੀ ਕਰਦੇ ਆ ਉਹ ਜਿਹੜੀ ਸਾਰੀ ਬੀਜੇਪੀ ਨੇ ਜ਼ੋਰ ਦੇ ਸਿਰ ਤੇ ਜਿਹੜੀ ਵੋਟ ਲੈਣੀ ਆ ਉਹਦੇ ਵਿੱਚ ਇੱਕ ਅਹਿਮ ਕੜੀ ਆ ਇਹ ਸੋ ਬੀਜੇਪੀ ਲਈ ਇਹ ਹਰ ਤਰ੍ਹਾਂ ਨਾਲ ਸਹਾਈ ਹੈ ਜਿਹਨੂੰ ਕਹਿੰਦੇ ਆ ਕਿ ਲੰਪਨ ਐਲੀਮੈਂਟ ਇਹਦੇ ਨਾਲ ਨੇ ਵੋਟਾਂ ਦਵਾਉਣੀਆਂ ਬੂਥਾਂ ਦੇ ਕਬਜ਼ੇ ਕਰਨੇ ਪੈਸੇ ਵਾਲਾ ਬੰਦਾ ਵੀ ਹੈ ਸੋ ਇਹਦੇ ਕਰਕੇ ਜਿਹੜਾ ਇਹ ਭਾਜਪਾ ਇਹਨੂੰ ਹੱਥ ਨਹੀਂ ਪਾ ਰਹੀ ਬਿਲਕੁਲ ਓਦਾਂ ਜਿਵੇਂ ਕੁਲਦੀਪ ਸੈਂਗਰ ਨੂੰ ਵੀ ਪਹਿਲਾਂ ਹੱਥ ਪਾਇਆ ਸੀਗਾ ਫਿਰ ਜਦੋਂ ਪ੍ਰੋਟੈਸਟ ਹੋਏ ਬੇਇੱਜ਼ਤੀ ਹੋਈ ਫਿਰ ਜਾ ਕੇ ਜਿਹੜਾ ਮਜਬੂਰੀ ਨੂੰ ਜਿਹੜਾ ਅੱਖ ਚੱਬਣਾ ਪਿਆ ਸੋ ਇਸੇ ਤਰ੍ਹਾਂ ਹੀ ਇਸ ਮਾਮਲੇ 'ਚ ਜਾਂ ਫਿਰ ਇੰਦੂ ਗਾਂ ਤੋਂ ਲਖੀਮਪੁਰ ਖੀਲੀ ਵਾਲੇ ਮਾਮਲੇ ਵਿੱਚ ਦੇਖ ਲਓ ਉਸ ਮੰਤਰੀ ਨੂੰ ਵੀ ਅਜੇ ਤੱਕ ਉਸੇ ਤਰ੍ਹਾਂ ਅਹੁਦੇ ਤੇ ਬੈਠਾ ਅਹੁਦੇ ਤੇ ਨਹੀਂ ਬੈਠਾ ਨਾਲ ਦੀ ਨਾਲ ਉਹਨੂੰ ਕੁਛ ਹੋਰ ਤਾਕਤਾਂ ਵੀ ਜੇ ਦਿੱਤੀਆਂ ਗਈਆਂ ਸੀਗੀਆਂ ਸਮੇਂ ਸਮੇਂ ਤੇ ਮਹੱਤਵਪੂਰਨ ਜਿਹੜੀਆਂ ਸੰਸਥਾਵਾਂ ਦੀ ਪ੍ਰਧਾਨਗੀ ਕਰਦਾ ਰਿਹਾ ਉਹ ਬੰਦਾ ਉਹਦਾ ਵੀ ਇਹੀ ਕਾਰਨ ਹੈ ਉਹਦਾ ਕਾਰਨ ਇਹੀ ਹੈ ਕਿ ਉਹ ਬੰਦਾ ਵੀ ਇਸੇ ਤਰ੍ਹਾਂ ਦਾ ਇੱਕ ਉਹ ਤਾਂ ਖੁਦ ਹੀ ਕਹਿ ਰਿਹਾ ਕਿ ਮੈਂ MP ਤੋਂ ਬਿਨਾਂ ਮੰਤਰੀ ਤੋਂ ਬਿਨਾਂ ਕੁਛ ਹੋਰ ਵੀ ਹੈਗਾ ਵਾ ਜੇ ਮੈਂ ਆਪਣੀ ਆਈ 'ਤੇ ਆ ਗਿਆ ਇਲਾਕਾ ਛੱਡ ਕੇ UP 'ਚ ਵੀ ਨਹੀਂ ਦਿਖਾਉਂਗੇ ਇਹਦਾ ਮਤਲਬ ਕੀ ਆ ਉਹ ਕਹਿਣਾ ਚਾਹੁੰਦਾ ਕਿ ਮੈਂ ਇਸ ਤੋਂ ਬਿਨਾਂ ਗੁੰਡਾ ਵੀ ਹਾਂ
ਸੋ ਇਸ ਤਰ੍ਹਾਂ ਦੇ ਐਲੀਮੈਂਟਸ ਦੀ ਬੀਜੇਪੀ ਦੇ ਨਾਲ ਸਾਂਝ ਪਿਆਲੀ ਹੈ ਤੇ ਉਹਨਾਂ ਨੂੰ ਬਚਾ ਰਹੇ ਨੇ ਕਿਉਂਕਿ ਇਹਨਾਂ ਦੇ ਕੋਲੋਂ ਇਹਨਾਂ ਨੇ ਫਾਇਦਾ ਲੈਣਾ ਯੂਪੀ ਚੋਣਾਂ ਦੇ ਵਿੱਚ। ਸ਼ਿਵਿੰਦਰ ਜੀ, ਇੱਕ ਹੋਰ ਗੱਲ ਜਿਹੜੀ ਆਮ ਲੋਕਾਂ ਦੇ ਪੱਖ ਤੋਂ ਜੇਕਰ ਗੱਲ ਕਰੀਏ, ਖਿਡਾਰੀਆਂ ਦੇ ਪੱਖ ਤੋਂ, ਉਹਨਾਂ ਦੇ ਮਾਪਿਆਂ ਦੇ ਪੱਖ ਤੋਂ ਗੱਲ ਕਰੀਏ, ਸਰਕਾਰਾਂ ਸਾਡੇ ਆਮ ਲੋਕ ਵੋਟਾਂ ਪਾ ਕੇ ਬਣਾ ਦਿੰਦੇ ਨੇ, ਸਰਕਾਰਾਂ ਪੋਲਿਸੀ ਬਣਾਉਂਦੀਆਂ ਨੇ, ਜਾਂ ਸਰਕਾਰਾਂ ਜਦੋਂ ਇੱਦਾਂ ਦੀ ਘਟਨਾ ਕੋਈ ਹੋ ਜਾਂਦੀ ਹੈ ਉਹਨਾਂ ਦਾ ਆਪਦਾ ਹੀ ਸਰਕਾਰੀ ਅਸਰ ਰਸੂਖ ਰੱਖਣ ਵਾਲਾ ਇੱਕ ਮੰਤਰੀ ਸੰਤਰੀ ਕੋਈ ਵੀ ਇੱਦਾਂ ਦੀ ਘਟਨਾ ਦੇ ਉੱਤੇ ਇਲਜ਼ਾਮ ਲੱਗਦੇ ਆ ਉਹਦੇ 'ਤੇ, ਤਾਂ ਉਹ ਸਕੀਮਾਂ ਬਣਾਉਣ ਲੱਗ ਜਾਂਦੀਆਂ ਨੇ। ਤਾਂ ਕੀ ਆਮ ਲੋਕਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ, ਖਿਡਾਰੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਨੂੰ ਇੱਕ ਹੱਕ ਮਿਲੇ ਹੋਏ ਆ ਪ੍ਰੋਟੈਸਟ ਕਰਨ ਦੇ, ਆਪਦੀ ਆਵਾਜ਼ ਉਠਾਉਣ ਦੇ, ਉਹਨਾਂ ਨੂੰ ਜ਼ਬਰਦਸਤੀ ਤਾਕਤ ਦੇ ਨਾਲ ਕੁਚਲਿਆ ਜਾਂਦਾ, ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਕੰਮ ਕੀ ਕਰਨ ਲਈ ਬਣਾਉਣੇ ਆ ਤੇ ਕਰਦੀਆਂ ਕੀ ਨੇ ਤੇ ਕਿੱਧਰ ਨੂੰ ਜਾਂਦੀਆਂ ਨੇ, ਭਵਿੱਖ ਕਿੱਧਰ ਨੂੰ ਜਾ ਰਿਹਾ? ਨਹੀਂ, ਕਾਫੀ ਵਾਜਬ ਸਵਾਲ ਹੈ ਤੁਹਾਡਾ। ਅਸਲ 'ਚ ਹੁਣ ਕਾਰਨ ਇਹ ਕਿ ਇੱਥੇ ਤਾਂ ਪ੍ਰੋਟੈਸਟ ਨਹੀਂ ਹੋਣ ਦੇ ਰਹੀਆਂ, ਇਹਨਾਂ ਦੀ ਕੋਸ਼ਿਸ਼ ਹੈ ਵੀ ਪ੍ਰੋਟੈਸਟ ਜਿਹੜੇ ਵੱਖ ਵੱਖ ਥਾਵਾਂ ਤੇ ਹੋਣ ਉਹਨੂੰ ਵੀ ਦਬਾਏ ਜਾਣ, ਜਿੱਥੇ ਖਾਸ ਕਰਕੇ ਇਹਨਾਂ ਦਾ ਆਪਣਾ ਰਾਜ ਹੈਗਾ ਉੱਥੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ। ਇਹਦਾ ਮਤਲਬ ਕੀ ਹੈ ਕਿ ਲੋਕਤੰਤਰ ਨਾ ਇੱਕ ਤਰ੍ਹਾਂ ਨਾਲ ਬਹੁਤ ਬੁਰੀ ਹਾਲਤ ਵਿੱਚ ਹੈ ਭਾਰਤ। ਵੈਸੇ ਵੀ ਜਿਹੜੇ ਮੁਲਕ ਨਿਰੰਕੁਸ਼ਤਾ ਦੇ ਵੱਲ ਵੱਧ ਰਹੇ ਨੇ ਉਹਨਾਂ ਵਿੱਚੋਂ ਭਾਰਤ ਇੱਕ ਹੈ, ਇੰਟਰਨੈਸ਼ਨਲ ਜਿੰਨੀਆਂ ਰਿਪੋਰਟਾਂ ਉਹ ਦੱਸ ਰਹੀਆਂ ਹੈਗੀਆਂ ਨੇ। ਭਾਰਤ ਇਸ ਸਮੇਂ ਬਹੁਤ ਬੁਰੇ ਢੰਗ ਦੇ ਨਾਲ ਸਫ਼ਰ ਕਰ ਰਿਹਾ ਹੈਗਾ, ਉਹਦੀ ਆਪਣੀ ਜਿਹੜੀ ਡੈਮੋਕਰੇਸੀ ਦੀ ਬੁਰਝਾ ਚੁੱਕੀ ਹੈ। ਤੇ ਰਹੀ ਗੱਲ ਲੋਕਾਂ ਦੀ, ਤੇ ਹੁਣ ਲੋਕਾਂ ਨੂੰ ਇੰਨਾ ਕੀ ਹੋਣਾ ਚਾਹੀਦਾ ਕਿ ਜਦੋਂ ਦੇਖੋ ਇਹ ਵੋਟਾਂ ਮੰਗਵਾਉਂਦੇ ਨੇ ਤਾਂ ਤੁਸੀਂ ਦੇਖੋ ਵੀ ਤੁਹਾਡੇ ਮੁੱਦਿਆਂ ਦੇ ਉੱਤੇ ਕਿੰਨੀ ਗੱਲ ਕਰਦੇ ਹੈਗੇ ਨੇ। ਕਰਨਾਟਕ ਦੀ ਇਲੈਕਸ਼ਨ ਆਪਣੇ ਸਾਹਮਣੇ ਹੀ ਆ, ਕਰਨਾਟਕ ਵਿੱਚ ਕੋਈ ਗੱਲ ਹੀ ਨਹੀਂ ਹੋ ਰਹੀ ਮੁੱਦਿਆਂ ਦੇ ਉੱਤੇ। ਕਰਨਾਟਕ ਵਿੱਚ ਗੱਲ ਹੋ ਰਹੀ ਹੈ ਜੀ ਫਲਾਣੀ ਜਿਹੜਾ ਮੁਸਲਮਾਨ ਆ ਗਏ, ਫਲਾਣੀ ਜਗ੍ਹਾ ਜਿਹੜਾ ਹੈਗਾ ਵਾ ਬਜਰੰਗ ਦਲ ਦੀ ਜੈ ਬੋਲੀ ਜਾਵੇ, ਬਜਰੰਗ ਦਲ ਮੈਂ ਬਜਰੰਗ ਬਲੀ ਵਾਲਿਆਂ ਨੂੰ ਕਿਉਂ ਤੰਗ ਕੀਤਾ ਜਾਂਦਾ, ਹਿੰਦੂ ਬਣਾ ਮੁਸਲਮਾਨ, ਮਤਲਬ ਇਹ ਗੱਲਾਂ ਹੋਰ ਨੀ ਕੋਈ ਪ੍ਰਧਾਨ ਮੰਤਰੀ ਕਰ ਰਿਹਾ, ਜਿਹੜਾ ਜਿਹਦਾ ਇੱਕ ਵਕਾਰੀ ਅਹੁਦਾ ਹੈਗਾ, ਜਿਹਨੂੰ ਅਸੀਂ ਮੰਨਦੇ ਕਿ ਸੰਵਿਧਾਨਿਕ ਅਹੁਦਾ, ਰਿਸਪੈਕਟਡ ਅਹੁਦਾ, ਜਿਹਦੇ ਤੋਂ ਅਸੀਂ ਆਸ ਕਰਦੇ ਹਾਂ ਵੀ ਉਹ ਬੰਦਾ ਜਿਹੜਾ ਘੱਟੋ ਘੱਟ ਜਿਹੜੀ ਗੱਲ ਹੈ ਉਹ ਕੋਈ ਮੇਸ਼ ਦੀ ਗੱਲ ਕਰੂਗਾ, ਉਹਦੀ ਗੱਲ ਦੇ ਵਿੱਚ ਕੋਈ ਦਮ ਹੋਊਗਾ। ਜਿਸ ਢੰਗ ਨਾਲ ਉਹ ਮਤਲਬ ਕਾਫੀ ਹਲਕੇ ਪੱਧਰ ਦੀ ਟੌਕ ਕਰ ਰਿਹਾ, ਅੱਛਾ ਉਸ ਤੋਂ ਬਾਅਦ ਵਿੱਚ ਕੋਈ ਸਬੂਤ ਨਹੀਂ ਜਿਹੜੀਆਂ ਗੱਲਾਂ ਉਹ ਕਰੀ ਜਾ ਰਿਹਾ, ਨਾ ਹੀ ਚੋਣ ਕਮਿਸ਼ਨ ਪੁੱਛ ਰਿਹਾ ਵੀ ਭਾਈ ਤੂੰ ਐਡੇ ਐਡੀਆਂ ਗੱਲਾਂ ਜਿਹੜੀਆਂ ਕਰ ਰਿਹਾ ਇਹਦਾ ਕੋਈ ਆਧਾਰ ਹੈਗਾ, ਨਾ ਹੀ ਪਹਿਲਾਂ ਕਦੇ ਪੁੱਛਿਆ। ਅੱਛਾ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਇਹਨੇ ਉਹ ਗੱਲ ਮਿੱਟੀ ਪੈ ਜਾਂਦੀ ਹੈ ਚੋਣਾਂ ਤੋਂ ਬਾਅਦ। ਚੋਣਾਂ ਦੌਰਾਨ ਤੁਸੀਂ ਦੇਖੋ ਵੀ ਕੋਈ ਕਰਨਾਟਕ ਦਾ ਸਾਰਾ ਸੀਨ ਦੇਖ ਲਓ ਵੀ ਘੱਟੋ ਘੱਟ ਰਾਜ ਕਰਦੀ ਹੋਈ ਪਾਰਟੀ ਨੇ ਇੱਕ ਵੀ ਮੁੱਦਾ ਚੁੱਕਿਆ ਵੀ ਜਿਹੜਾ ਦੱਸਿਆ ਹੋਇਆ ਵੀ ਅਸੀਂ ਇੰਨੇ ਸਾਲਾਂ 'ਚ ਰਾਜ ਰਹੇ, ਸਾਨੂੰ ਸਾਲ ਮਿਲੇ ਸੀ 8 ਸਾਲ, ਵੀ ਅਸੀਂ ਉਹਦੇ ਵਿੱਚ ਕੀ ਕੰਮ ਕੀਤਾ ਹੈਗਾ, ਉਹ ਕੋਈ ਮੁੱਦਾ ਹੀ ਨਹੀਂ ਰਿਹਾ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਇਹ ਲੋਕਾਂ ਕੋਲ ਆਉਣ, ਹੁਣ ਹਰਿਆਣੇ ਵਿੱਚ ਵੀ ਪਹਿਲਾਂ ਤਾਂ ਲੋਕ ਸਭਾ ਦੀਆਂ ਚੋਣਾਂ ਨੇ ਪੂਰੇ ਭਾਰਤ ਵਿੱਚ, ਫਿਰ ਉਸੇ ਸਾਲ ਹੀ ਮਤਲਬ 24 ਦੇ ਵਿੱਚ ਹੀ ਫਿਰ ਹਰਿਆਣੇ ਦੀ ਵਿਧਾਨ ਸਭਾ ਦੀ ਚੋਣ ਵੀ ਹੈ, ਉਦੋਂ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ, ਲੋਕ ਸਵਾਲ ਪੁੱਛਣ ਵੀ ਹਾਂ ਭਾਈ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਏ ਹੋ ਤੁਸੀਂ, ਤਾਂ ਸਾਡੇ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਕੁੱਟਦੇ ਰਹੇ ਹੋ, ਫਿਰ ਸਾਡੇ ਨੌਜਵਾਨਾਂ ਨੂੰ ਕੁੱਟਦੇ ਰਹੇ ਹੋ, ਫਿਰ ਸਾਡੀਆਂ ਜਿਹੜੀਆਂ ਧੀਆਂ ਨੇ ਉਹਨਾਂ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਰਦੇ ਰਹੇ ਹੋ, ਇਹ ਸਵਾਲ ਆਉਣੇ ਚਾਹੀਦੇ ਨੇ ਲੋਕਾਂ ਵਿੱਚੋਂ। ਦੂਜੀ ਗੱਲ, ਇੱਕ ਕਰਨਾਟਕ ਦੀ ਗੱਲ ਕੀਤੀ ਹੈ ਤੁਸੀਂ, ਕਰਨਾਟਕ ਚੋਣਾਂ ਦਾ ਵੀ ਰੁੱਖ ਕਰਦੇ ਹਾਂ। ਸੋਨੀਆ ਗਾਂਧੀ ਉੱਥੇ ਆਪਦਾ ਇੱਕ ਭਾਸ਼ਣ ਦਿੰਦੀ ਆ, ਭਾਸ਼ਣ ਦੇ ਉੱਤੇ ਵਿਰੋਧ ਸ਼ੁਰੂ ਹੋ ਜਾਂਦਾ ਜੀ, ਅਤੇ ਅਸਲ ਮੁੱਦਿਆਂ ਤੋਂ ਹਟਣ ਦੀ ਗੱਲ ਤੁਸੀਂ ਦੱਸ ਰਹੇ ਹੋ, ਉਹ ਕੀ ਸੀ ਪੂਰਾ ਮਾਮਲਾ ਜੇ ਉਹ ਤੁਹਾਡੀ ਨਜ਼ਰ ਦੇ ਵਿੱਚ ਹੋਵੇ? ਅਸਲ ਦੇ ਵਿੱਚ ਦੇਖੋ ਜਿਹੜਾ ਇਹ ਨਾ ਮੁੱਦਾ ਕਰਨਾਟਕ ਦਾ ਸ਼ੁਰੂ ਹੋਇਆ ਹੋਇਆ ਨਾ ਜਿਹੜਾ ਜੀ, ਉਹ ਤਾਂ ਜਿਹਨੂੰ ਆਉਂਦੇ ਨੇ ਕਿ ਮਸਲਾ ਇਹੀ ਹੈ ਕਿ ਉੱਥੇ ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਜਦੋਂ ਦੀ ਇਹ ਚੋਣ ਮੁਹਿੰਮ ਚੱਲੀ ਹੈ ਜੀ, ਇਹਦੇ ਵਿੱਚ ਮੇਨ ਚੀਜ਼ ਕੀ ਹੈ ਕਿ ਵਿਰੋਧੀ ਦਲ ਲਈ ਮੁੱਦਾ ਸੀਗਾ ਉੱਥੇ ਦੀ ਕਰਪਸ਼ਨ, 40% ਹਿੱਸਾ ਜਿਹੜਾ ਦੋਸ਼ ਲੱਗਦਾ ਕਿ ਇਹ ਲੈਂਦੇ ਨੇ, ਕਈ ਤਾਂ ਇਹਨਾਂ ਦੇ ਬੰਦੇ ਕਹਿੰਦੇ ਕਿ ਉਹਦੇ ਫੜੇ ਵੀ ਗਏ, ਬੀਜੇਪੀ ਦੇ ਮੰਤਰੀ MLA ਤੱਕ ਫੜੇ ਗਏ, ਉਹਨਾਂ ਵਿੱਚੋਂ ਇੱਕ ਦੋ ਨੇ ਤਾਂ ਦੱਸ ਹੀ ਦਿੱਤਾ ਵੀ ਦੇਖੋ ਜੀ ਅਸੀਂ ਕੀ ਕਰੀਏ, ਤਾਂ ਉੱਤੋਂ ਤੱਕ ਚੱਲਦਾ ਹੋਇਆ ਕੰਮ ਸੀਗਾ ਤੇ ਜਿਹਦੇ ਕਰਕੇ ਜਿਹੜਾ ਹੈਗਾ ਸਾਨੂੰ ਇਹ ਕੰਮ ਕਰਨਾ ਪੈਂਦਾ ਹੈਗਾ, ਤੇ ਇਹ ਮੁੱਦੇ ਖੈਰ ਵਿਰੋਧੀ ਪਾਰਟੀਆਂ ਨੇ ਉਠਾਏ ਵੀ ਨੇ। ਹੁਣ ਇਹਦਾ ਕੋਈ ਵਾਜਬੀਅਤ ਦਾ ਜਵਾਬ ਦਿੰਦੀ ਪਾਰਟੀ ਉਹ ਉਹਨਾਂ ਨੇ ਕੋਈ ਦਿੱਤਾ ਨਹੀਂ ਹੈਗਾ, ਇਹ ਗੱਲ ਸ਼ੁਰੂ ਕਰ ਲਈ ਹਿੰਦੂ ਮੁਸਲਮਾਨ ਫਲਾਨਾ ਢੀਂਗੜਾ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਦੀ ਕਰ ਦਿੱਤੀ। ਹੁਣ ਲਗਭਗ ਲੈਦੇ ਕਿ ਮੁੱਦੇ ਆਹੀ ਰਹਿ ਗਏ ਨੇ ਇਹਦੇ ਬਾਰੇ ਜਿਹੜਾ ਹੈਗਾ, ਜਿਵੇਂ ਪਿੱਛੇ ਜਿਹੇ ਇਹਨੇ ਕਿਹਾ ਵੀ ਜੇ ਟੁਕੜੇ ਟੁਕੜੇ ਗੈਂਗ ਵਾਲੇ ਬੰਦੇ ਹੈਗੇ ਨੇ, ਟੁਕੜੇ ਟੁਕੜੇ ਗੈਂਗ ਵਾਲੇ ਬੰਦੇ ਜੁੜੇ ਹੋਏ ਹੈਗੇ ਨੇ ਕਾਂਗਰਸ ਪਾਰਟੀ ਨਾਲ, ਇਹ ਆਪਣੇ ਆਪ 'ਚ ਬਹੁਤ ਵੱਡਾ ਦੋਸ਼ ਹੁੰਦਾ ਕਿਸੇ ਪਾਰਟੀ ਜੋ ਤੁਸੀਂ ਲਾਉਂਦੇ ਹੋ, ਐਡਾ ਵੱਡਾ ਦੋਸ਼ ਤਾਂ ਕੋਈ
ਆਪਾਂ ਵੀ ਨਹੀਂ ਕਹਿੰਦੇ ਹੈਗੇ ਇਹ ਗੱਲ, ਆਪਾਂ ਇਹ ਤਾਂ ਕਹਿੰਦੇ ਹਾਂ ਉਰੇ ਬੈਠੇ ਵੀ ਬੀਜੇਪੀ ਜਿਹੜੀ ਹੈਗੀ ਆ ਉਹ ਫਿਰਕਾ ਪ੍ਰਸਤ ਤਨਜ਼ੀਮਾਂ ਨਾਲ ਜੁੜੀ, ਆਪਾਂ ਇਹ ਕਦੇ ਨਹੀਂ ਕਦੇ ਕਿਹਾ ਕਿ ਆਪਾਂ ਨਾਲ ਸੁਤੰਤਰ ਪੱਤਰਕਾਰ ਦੇ ਤੌਰ ਦੇ ਉੱਤੇ ਦੋਹਾਂ ਨੇ ਕਿ ਬੀਜੇਪੀ ਅੱਤਵਾਦੀ ਸੰਗਠਨ, ਇਹ ਤਾਂ ਆਪਾਂ ਕਦੇ ਨੀ ਕਿਹਾ, ਇਹ ਦੂਜੇ ਸ਼ਬਦਾਂ ਚ ਇਹੀ ਕਹਿਣਾ ਹੋ ਜਾਂਦਾ ਵਾ। ਅੱਛਾ ਉਹਦੇ ਲਈ ਜਾਂਦਾ ਵੀ ਸਬੂਤ ਹੋਣ ਤੁਹਾਡੇ ਕੋਲ, ਫਿਰ ਜੀ ਸਕ ਕਹਿ ਦੋ, ਫਿਰ ਤੁਸੀਂ ਫਿਰ ਅੱਛਾ ਫਿਰ ਹੁਣ ਤਾਂ ਸੱਤਾ ਦੇ ਵਿੱਚ ਵੀ ਤੁਸੀਂ ਹੋ, ਫਿਰ ਉਸ ਪਾਰਟੀ ਦੇ ਉੱਤੇ ਰੋਕ ਵੀ ਲਾਓ ਭਾਈ। ਤੇ ਇਹ ਇਸ ਤਰ੍ਹਾਂ ਦੀ ਬੇਸ ਸਿਰ ਪੈਰ ਦੀ ਜਿਹੜੀ ਬਹਿਸ ਚੱਲ ਰਹੀ ਆ ਉਹਦੇ ਵਿੱਚ ਫਿਰ ਜਦੋਂ ਉਹਨੂੰ ਕਾਊਂਟਰ ਕਰਨ ਲਈ ਕਈ ਵਾਰ ਕਾਂਗਰਸੀ ਵੀ ਇਸ ਤਰ੍ਹਾਂ ਦੇ ਬਿਆਨ ਦੇ ਜਾਂਦੇ ਹੈਗੇ ਨੇ, ਲੇਕਿਨ ਸਵਾਲ ਇਹ ਹੋ ਜਾਂਦੀ ਹੈ ਕਿ ਕਾਂਗਰਸੀਆਂ ਨੇ ਵੀ ਇਹਨਾਂ ਦੀ ਲਾਲ ਵੱਧ ਹੋ ਜਾਂਦੀ ਹੈ ਜਿਹੜੇ ਇਹਨਾਂ ਦੇ ਬਿਆਨ ਹੈਗੇ ਨੇ, ਇਹਨਾਂ ਦੇ ਬਿਆਨਾਂ ਨੂੰ ਇਹ ਆਪਣੀ ਜਿਹੜੀ ਤਾਕਤ ਬਣਾ ਕੇ ਜਿਹੜਾ ਪੇਸ਼ ਕਰਦੇ ਨੇ। ਜੀ, ਪ੍ਰਧਾਨ ਮੰਤਰੀ ਸਾਹਿਬ ਵੀ ਕਰਨਾਟਕ ਦੇ ਵਿੱਚ ਕਾਫੀ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਨੇ, ਅਤੇ ਉਹਨਾਂ ਨੇ ਵੀ ਖੁੱਲ੍ਹ ਕੇ ਕਿਹਾ ਕਿ ਜਿਹੜਾ ਕਾਂਗਰਸ ਆ ਉਹ ਭਾਰਤ ਦੀ ਗੱਲ ਤਾਂ ਕਰਦੀ ਹੈ ਪਰ ਕਰਨਾਟਕ ਨੂੰ ਉਹ ਦੇਖ ਰਹੀ ਹੈ ਵੀ ਭਾਰਤ ਤੋਂ ਅਲੱਗ ਆ, ਉਹਦੀ ਵਕਾਲਤ ਕਰ ਰਹੀ ਹੈ। ਹੁਣ ਇਹਦਾ ਵੀ ਕੋਈ ਤੁੱਕ ਨਹੀਂ ਨਾ ਵੀ ਕਰਨਾਟਕ ਭਾਰਤ ਤੋਂ ਅਲੱਗ ਹੈ, ਤਾਂ ਫਿਰ ਕੋਈ ਤੁਹਾਡੇ ਤੇ ਕਹਿ ਸਕਦਾ ਹੈਗਾ ਕਿ ਤੁਸੀਂ ਜਿਹੜਾ ਕਸ਼ਮੀਰ ਨੂੰ ਨਹੀਂ ਸਮਝਦੇ ਹੈਗੇ, ਤੁਸੀਂ ਜਿਹੜਾ ਹੈ ਪੰਜਾਬ ਵਾਲੇ ਕਹਿ ਸਕਦੇ ਵੀ ਪੰਜਾਬ ਨੂੰ ਤੁਸੀਂ ਵੱਖਰਾ ਸਮਝਦੇ ਹੋ, ਮਤਲਬ ਰਹੀਮਾਂ ਵਾਲਾ ਸਲੂਕ ਕਰਦੇ ਹੋ, ਆਵੀ ਆਪਣੀ ਗੱਲ ਉੱਠਦੀ ਹੈ, ਇਹ ਮਤਲਬ ਕੋਈ ਅਸਲ ਚ ਉੱਥੇ ਜਿਹੜੇ ਨੈਰੇਟਿਵ ਘੜੇ ਜਾ ਰਹੇ ਨੇ ਨਾ, ਉੱਥੇ ਨੈਰੇਟਿਵ ਜਿਹੜਾ ਇਹੀ ਘੜਿਆ ਜਾ ਰਿਹਾ ਕਿ ਵਿਰੋਧੀ ਪਾਰਟੀ ਐਂ ਕਰਦੀ ਐਂ ਕਰਦੀ ਹੈ। ਹੁਣ ਮੇਨ ਮੁੱਦਾ ਤਾਂ ਇਹ ਹੈਗਾ ਵੀ ਇਹਦਾ ਕੋਈ ਬੇਸ ਸਿਰ ਪੈਰ ਦੀ ਗੱਲ ਹੈਗੀ ਹੈ, ਇਹਦਾ ਕੋਈ ਅਸੂਲ ਹੀ ਨਹੀਂ ਜਿਹੜਾ ਹੈਗਾ, ਜਾਂ ਤਾਂ ਉਹਦਾ ਕੋਈ ਦਲੀਲ ਦੇਣ ਪ੍ਰਧਾਨ ਮੰਤਰੀ, ਦਲੀਲ ਤਾਂ ਦੇ ਨਹੀਂ ਰਹੇ, ਦਲੀਲ ਦੇ ਰਹੇ ਨੇ ਵੀ ਟੁਕੜੇ ਟੁਕੜੇ ਗੈਂਗ ਨਾਲ ਜੁੜੀ ਹੈ। ਹੁਣ ਟੁਕੜੇ ਟੁਕੜੇ ਗੈਂਗ ਸ਼ਬਦ ਹੈ ਕੀ ਆ, ਇਹਨਾਂ ਦੇ ਆਪਣੇ ਗ੍ਰਹਿ ਮੰਤਰਾਲੇ ਤੋਂ ਪੁੱਛਿਆ ਗਿਆ ਵੀ ਭਾਈ ਸਾਨੂੰ ਦੱਸੋ ਵੀ ਕੋਈ ਟੁਕੜੇ ਟੁਕੜੇ ਗੈਂਗ ਨਾਲ ਦੀ ਕੋਈ ਜਥੇਬੰਦੀ ਹੈਗੀ ਆ, ਉਹ ਕੌਣ ਹੈ? ਤੇ ਇਹਨਾਂ ਦੇ ਆਪਣੇ ਗ੍ਰਹਿ ਮੰਤਰਾਲੇ ਨੇ ਕਿਹਾ ਆਈ ਅਮਿਤ ਸ਼ਾਹ ਦੇ ਅੰਦਰ ਆ ਜਿਹੜਾ, ਹਾਲੇ 2 ਸਾਲ ਪੁਰਾਣੀ ਗੱਲ ਆ ਵੀ ਟੁਕੜੇ ਟੁਕੜੇ ਗੈਂਗ, ਕੋਈ ਗੈਂਗ ਨੀ ਹੈਗਾ ਇਸ ਤਰ੍ਹਾਂ ਦਾ ਸਰਕਾਰੀ ਲਿਸਟ ਦੇ ਵਿੱਚ, ਜੇ ਇਹ ਇਹਨਾਂ ਨੇ ਆਪ ਇੱਕ ਬਣਾਇਆ ਹੋਇਆ ਬੀਜੇਪੀ ਨੇ, ਚੋਣਾਂ ਵੇਲੇ ਟੁਕੜੇ ਟੁਕੜੇ ਗੈਂਗ ਆ ਜਾਂਦਾ। ਅੱਛਾ ਇਸੇ ਤਰ੍ਹਾਂ ਹੀ ਲਵ ਜਿਹਾਦ ਕੋਈ ਨਾਂ ਦੀ ਕੋਈ ਚੀਜ਼ ਹੈਗੀ ਆ, ਉਹ ਵੀ ਇਹਨਾਂ ਨੇ ਆਪ ਹੀ ਬਣਾਈ ਹੋਈ ਹੈ, ਜੋ ਕਿ ਹਾਲੇ ਸਰਕਾਰੀ ਰਿਕਾਰਡ 'ਚ ਵੀ ਨਹੀਂ ਕੋਈ ਹੈਗੀ। ਆਪ ਹੀ ਇੱਕ ਪ੍ਰਵਚਨ ਸਿਰਜਦੇ ਨੇ, ਫਿਰ ਉਹ ਸਿਰਜ ਪ੍ਰਵਚਨ ਦਾ ਜਿਹੜਾ ਹੈਗਾ ਇਹਦੇ ਨਾਲ ਟੀਵੀ ਮੀਡੀਆ ਰਾਹੀਂ ਪ੍ਰਚਾਰ ਕਰਦੇ ਨੇ। ਹੁਣ ਉਹ ਟੁਕੜੇ ਟੁਕੜੇ ਗੈਂਗ ਵਾਲੀ ਵੀ ਸੁਣ ਲਓ, ਟੁਕੜੇ ਟੁਕੜੇ ਗੈਂਗ ਜੇਨਿਊ ਵੇਲੇ ਆਇਆ ਸੀਗਾ, ਇਹਨਾਂ ਨੇ ਲਿਆਂਦਾ ਸੀ ਹੋਂਦ ਵਿੱਚ, ਉਹ ਉਦੋਂ ਦੱਸਿਆ ਗਿਆ ਕਿ ਜੇਨਿਊ ਦੇ ਵਿੱਚ ਇਹਦੇ ਨਾਰੇ ਲੱਗੇ ਸੀ, ਉਹਦੇ ਵਿੱਚ ਸੀਗਾ ਭਾਰਤ ਤੇਰੇ ਟੁਕੜੇ ਹੋ ਗਏ ਹਜ਼ਾਰ, ਤੇ ਉਦੋਂ ਇਹਨਾਂ ਨੇ ਟੁਕੜੇ ਟੁਕੜੇ ਗੈਂਗ ਅਰਨਬ ਗੋਸਵਾਮੀ ਨੇ ਸ਼ਬਦ ਵਰਤਿਆ, ਫਿਰ ਇਹ ਸਾਰੇ ਵਰਤਣ ਲੱਗ ਗਏ। ਅਜੇ ਤੱਕ ਉਹ ਵੀਡੀਓ ਹੀ ਸਾਬਤ ਨਹੀਂ ਹੋ ਸਕੀ, ਇੱਕ ਦੋ ਰਿਪੋਰਟਾਂ ਨੇ ਤਾਂ ਸਾਬਤ ਕੀਤਾ ਵੀ ਉਹ ਜਿਹੜੀ ਵੀਡੀਓ ਸੀ ਨਾ ਉਹਦੇ ਵਿੱਚ ਜਿਹੜੇ ਨਾਰੇ ਲੱਗ ਰਹੇ ਸੀਗੇ, ਉਹ ਨਾਰੇ ਲਾਉਣ ਵਾਲੇ ਬੰਦੇ ਜੇਨਿਊ ਦੇ ਵਿਦਿਆਰਥੀ ਨਹੀਂ ਸੀਗੇ, ਉਹ ਕਿਤੋਂ ਬਾਹਰ ਵਾਲੇ ਵਿਦਿਆਰਥੀ ਸੀਗੇ, ਇਹ ਰਿਪੋਰਟਾਂ ਕਹਿ ਰਹੀਆਂ ਹੈਗੀਆਂ। ਅਜੇ ਤੱਕ ਨਾ ਤਾਂ ਅਰਨਬ ਗੋਸਵਾਮੀ ਜਿਹੜਾ ਇਹਨਾਂ ਦਾ ਪਿਆਰਾ ਪੱਤਰਕਾਰ ਆ ਸਰਕਾਰ ਦਾ, ਨਾ ਤਾਂ ਉਹ ਸਾਬਤ ਕਰ ਸਕਿਆ, ਨਾ ਹੀ ਸਰਕਾਰ ਸਾਬਤ ਕਰ ਸਕੀ ਆ, ਪਰ ਚੀਕ ਚਿਹਰ ਇਹਨਾਂ ਨੇ ਬਹੁਤ ਪਾ ਲਿਆ। ਹਾਂ ਇਹ ਗੱਲ ਜ਼ਰੂਰ ਸੀਗੀ ਕਿ ਉਦੋਂ ਅਫਜ਼ਲ ਗੁਰੂ ਦੀ ਜਿਹੜੀ ਦਾ ਦਿਨ ਮਨਾਇਆ ਗਿਆ ਸੀ, ਬਰਸੀ ਮਨਾਈ ਗਈ ਸੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਦਾ ਕਾਰਨ ਕੀ ਹੈ ਕਿ ਅਫਜ਼ਲ ਗੁਰੂ ਨੂੰ ਵੀ ਇੱਕ ਡਿਜ਼ਾਇਨ ਕੀਤਾ ਗਿਆ ਵੀ ਉਹ ਜਿਹੜਾ ਦੇਖੋ ਜੀ ਉਹ ਅੱਤਵਾਦੀ ਸੀ, ਉਹਨੂੰ ਮਾਰ ਦਿੱਤਾ ਗਿਆ, ਪਰ ਉਹਦੇ ਜਿਹੜੇ ਜੇ ਉਹਦੇ ਪੁਰਾਣੇ ਪਹਿਲੂ ਦੇਖੇ ਜਾਣ ਨਾ, ਉਹਨਾਂ ਟਾਈਮ ਦੇ ਵਿੱਚ 13 ਚ ਅਫਜ਼ਲ ਗੁਰੂ ਨੂੰ ਫਾਂਸੀ ਮਿਲੀ ਆ, ਅਰੁੰਧਤੀ ਰਾਏ ਦਾ ਲੇਖ ਛਪਿਆ ਸੀ ਉਹਦੇ ਵਿੱਚ ਹਿੰਦੂ ਦੇ ਵਿੱਚ ਫਰੰਟ ਲਾਈਨ ਦੇ ਵਿੱਚ, ਉਹ ਪੜ੍ਹਨ ਵਾਲਾ ਉਹ ਹੁਣ ਵੀ ਮਿਲ ਜੂਗਾ। ਉਹਦੇ ਵਿੱਚ ਕੀ ਸੀ ਕਿ ਅਦਾਲਤ ਨੇ ਆਪਣਾ ਫੈਸਲਾ ਦੇਣ ਲੱਗੇ ਕਿਹਾ, ਸੁਪਰੀਮ ਕੋਰਟ ਦਾ ਫੈਸਲਾ ਦੇਖੋ ਉਸ ਵੇਲੇ, ਕਿ ਭਾਵੇਂ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈਗੇ ਕਿ ਅਫਜ਼ਲ ਗੁਰੂ ਦਿੱਲੀ ਦੀ ਜਿਹੜੀ ਧਮਾਕਿਆਂ ਦੇ ਵਿੱਚ ਸ਼ਾਮਲ ਹੈ, ਪਰ ਸਮੂਹਿਕ ਭਾਵਨਾਵਾਂ ਨੂੰ ਦੇਖਦੇ ਹੋਏ, ਸਮੂਹਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਅਫਜ਼ਲ ਗੁਰੂ ਨੂੰ ਫਾਂਸੀ ਦਿੰਦੇ ਹਾਂ। ਹੁਣ ਸਵਾਲ ਇਹ ਉਦੋਂ ਉੱਠਿਆ ਸੀਗਾ, ਬਹੁਤ ਸਾਰੇ ਭਾਰਤ ਦੇ ਬੁੱਧੀਜੀਵੀਆਂ ਨੇ ਉਠਾਇਆ ਸੀ ਕਿ ਅਦਾਲਤਾਂ ਹੁਣ ਸਮੂਹਿਕ ਭਾਵਨਾਵਾਂ ਦੇ ਆਧਾਰ ਤੇ ਫੈਸਲੇ ਕਰਨਗੀਆਂ। ਫਿਰ ਜੇ ਸਮੂਹਿਕ ਭਾਵਨਾਵਾਂ ਦੇ ਆਧਾਰ ਦੇ ਉੱਤੇ ਫੈਸਲੇ ਹੋਣ ਲੱਗੇ, ਫਿਰ ਅਦਾਲਤਾਂ ਦੀ ਕੀ ਲੋੜ ਹੈ? ਫਿਰ ਤਾਂ ਕੱਲ੍ਹ ਨੂੰ ਕੋਈ ਭੀੜ ਆਇਆ ਕਰੂਗੀ, ਕਹਿ ਦਿਆ ਕਰੂ ਫਲਾਣੇ ਬੰਦੇ ਨੂੰ ਟੰਗ ਦਿਓ, ਤੁਸੀਂ ਟੰਗ ਦਿਓ। ਕਿਉਂਕਿ ਅਦਾਲਤਾਂ ਤਾਂ ਇਸ ਲਈ ਬਣੀਆਂ ਹੁੰਦੀਆਂ ਨਾ ਵੀ ਭੀੜਾਂ ਨਾ ਹਾਵੀ ਹੋ ਜਾਣ, ਲੋਕਤੰਤਰ ਦੇ ਲੋਕਤੰਤਰ ਨਾ ਹਾਵੀ ਹੋ ਜੇ। ਸੋ ਅਫਜ਼ਲ ਗੁਰੂ ਦਾ ਉਸ ਸਮੇਂ ਕੋਈ ਹੱਥ ਸਾਹਮਣੇ ਨਹੀਂ ਸੀ ਆਇਆ, ਉਹ ਜਿਹੜੀਆਂ ਇਹ ਮਾਨਯੋਗ ਸੁਪਰੀਮ ਕੋਰਟ ਨੇ ਵੀ ਉਸ ਸਮੇਂ ਮੰਨਿਆ ਸੀਗਾ। ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਇੱਕ ਸਿਵਲ ਸੁਸਾਇਟੀ ਵਿੱਚ ਇਹ ਵਿਚਾਰ ਸੀਗਾ ਕਿ ਉਹ ਬੰਦੇ ਨੂੰ ਉਈ ਮਾਰ ਦਿੱਤਾ ਗਿਆ ਹੈਗਾ। ਸੋ ਉਸ ਆਧਾਰ ਉੱਤੇ ਜੇ ਉਸ ਦਿਨ ਉੱਤੇ ਜਿਹੜਾ ਜੇ ਕੋਈ ਉਸ ਦਿਨ ਦਾ ਆਸਰਾ ਲੈ ਕੇ ਕੋਈ ਡੈਮੋਕਰੇਸੀ ਦੇ ਵੱਖ ਵੱਖ ਪਹਿਲੂਆਂ ਦੇ ਉੱਤੇ ਡੈਮੋਕਰੇਸੀ ਦੀ ਵੀਕਨੈਸ ਉੱਤੇ ਗੱਲ ਕਰੇਗਾ ਤਾਂ ਉਹ ਕੋਈ ਦੇਸ਼ ਵਿਰੋਧੀ ਨਹੀਂ ਹੁੰਦਾ ਹੈਗਾ। ਭਾਰਤ ਦਾ ਕੰਸਟੀਟਿਊਸ਼ਨ ਕਹਿੰਦਾ ਕਿ ਡੈਮੋਕਰੇਸੀ ਉੱਤੇ ਗੱਲ ਕੀਤੀ ਜਾਵੇ, ਡੈਮੋਕਰੇਸੀ ਦੇ ਉੱਤੇ ਜਦੋਂ ਗੱਲ ਹੋਣੀ ਹੈ ਉਹਦੇ ਵੀਕ ਪਹਿਲੂ ਉੱਤੇ ਵੀ ਗੱਲ ਹੋਵੇਗੀ। ਸੋ ਹੁਣ ਮਾਹੌਲ ਇਸ ਤਰ੍ਹਾਂ ਦਾ ਕੀਤਾ ਜਾਂਦਾ ਵੀ ਸਵਾਲ ਕਰਨ ਨੂੰ ਹੀ ਅਪਰਾਧ ਬਣਾ ਦਿੱਤਾ ਗਿਆ, ਆਪਣੇ ਕੋਲੋਂ ਇੱਕ ਝੂਠ ਬੁਣਿਆ ਜਾਂਦਾ, ਉਹ ਝੂਠ ਨੂੰ 100 ਵਾਰ ਬੋਲਿਆ ਜਾਂਦਾ,
फिर कहा जाता भी यही झूठ सच है, ये कहानी है। सुप्रीम कोर्ट ने भी मणिपुर हिंसा से बड़ा कड़ा जिहड़ा रुख अपनाया होया जी, उहदे बारे की है जानकारी? उन्होंने यह कहा कि दोवें जो भी हिंसा का पीड़ित हैगा उन्होंने जिहड़ा हैगा वह सुरक्षा भी दिओ, तो जो उन्होंने पुनर्वास लई जो भी कदम उठा सकते हो कर सकते हो वह जरूर करो। सुप्रीम कोर्ट जदों इदां दे हालात बन जांदे आ वह सूमोटो नोटिस लैंदा जां किदां मानयोग सुप्रीम कोर्ट ਉੱਥੋਂ ਦੇ ਹਾਲਾਤ ਨੂੰ ਕਾਬੂ ਕਰਨ ਲਈ ਆਪਦੇ ਦਿਸ਼ਾ ਨਿਰਦੇਸ਼ ਦਿੰਦਾ ਤੇ ਕਿੰਨਾ ਕੁ ਜਾਇਜ਼ ਹੈਗਾ ਤੇ ਸਰਕਾਰਾਂ ਕਿੰਨਾ ਕੁ ਉਸ ਰੁੱਖ ਨੂੰ ਮੰਨਦੀਆਂ ਨੇ? ਹਾਂਜੀ, ਤੁਹਾਡੀ ਤਾਂ ਮਣੀਪੁਰ ਦੇ ਵਿੱਚ ਜੋ ਹੈ ਇੱਕ ਤਾਂ ਇਹ ਕਹਿ ਰਹੇ ਨੇ ਅਸੀਂ ਡਰੋਨਾਂ ਤੇ ਹੈਲੀਕਾਪਟਰਾਂ ਦੇ ਰਾਹੀਂ ਮਣੀਪੁਰ ਦੇ ਚੱਪੇ ਚੱਪੇ ਤੇ ਨਿਗਾਹ ਰੱਖ ਰਹੇ ਹਾਂ ਜੀ, ਖਾਸ ਕਰ ਜਿਹੜਾ ਇਲਾਕਾ ਚੂਰਾ ਚਾਂਦਪੁਰ ਹੈ ਜੀ, ਉੱਥੇ ਕੁਛ ਘੰਟਿਆਂ ਦੀ ਕੱਲ੍ਹ ਛੁੱਟ ਮਿਲੀ ਸੀਗੀ। ਇਸ ਤੋਂ ਬਾਅਦ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਆਰਡਰ ਤਾਂ ਜਾਰੀ ਕੀਤੇ ਹੀ ਹੋਏ ਨੇ ਵੀ ਦੇਖਦੇ ਸਾਰ ਗੋਲੀ ਮਾਰ ਦੋ, ਜਿਹੜਾ ਕੋਈ ਗਲਤ ਅੰਸਰ ਜਿਹੜਾ ਹੈ ਉਹ ਹੈ। ਸੁਪਰੀਮ ਕੋਰਟ ਨੇ ਹੁਣ ਮਣੀਪੁਰ ਦੇ ਸੰਕਟ ਨੂੰ ਕਿਹਾ ਵੀ ਇਹ ਇੱਕ ਬਹੁਤ ਵੱਡੀ ਮਨੁੱਖੀ ਸਮੱਸਿਆ, ਇਹਦਾ ਇਹਦੀ ਛੇੜੀ ਛੇਤੀ ਤੁਹਾਨੂੰ ਦੇਖ ਰੇਖ ਕਰਨੀ ਹੋਏਗੀ, ਇਹਦਾ ਕੋਈ ਹੱਲ ਕੱਢਣਾ ਹੋਏਗਾ। ਦੇਖੋ ਸੁਪਰੀਮ ਕੋਰਟ ਲੱਗਦਾ ਕਿ ਆਹੀ ਸੁਪਰੀਮ ਕੋਰਟ ਕੋਲ ਅਧਿਕਾਰ ਨੇ ਵੀ ਸੁਪਰੀਮ ਕੋਰਟ ਦੇ, ਕਿਉਂਕਿ ਤੁਹਾਨੂੰ ਪਤਾ ਵੀ ਸੁਪਰੀਮ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਸ਼ਕਤੀਆਂ ਵੰਡੀਆਂ ਹੋਈਆਂ ਹੈਗੀਆਂ ਨੇ, ਉਹ ਕਾਰਜਪਾਲਿਕਾ ਦੀ ਜਾਂ ਨਿਆਂਪਾਲਿਕਾ ਦੀ ਜਾਂ ਵਿਧਾਨ ਪਾਲਿਕਾ ਦੀਆਂ ਪਾਵਰਾਂ ਦੀ ਵੰਡ ਹੁੰਦੀ ਹੈ। ਉਹਦੇ ਵਿੱਚ ਕੁਛ ਤਾਕਤਾਂ ਸੁਪਰੀਮ ਕੋਰਟ ਦੇ ਕੋਲ ਜਿਹੜੀ ਹੈਗੀ ਉਹ ਨਿਆਂਇਕ ਤਾਕਤਾਂ 'ਚ ਆ ਜਾਂਦੀ ਹੈ ਕਿ ਸੁਪਰੀਮ ਕੋਰਟ ਨੇ ਜਾਂ ਨਿਆਂਪਾਲਿਕਾ ਨੇ ਕਾਨੂੰਨ ਦੀ ਵਿਆਖਿਆ ਕਰਨੀ ਹੁੰਦੀ ਹੈ, ਸੰਵਿਧਾਨ ਦੀ ਵਿਆਖਿਆ ਕਰਨੀ ਹੁੰਦੀ ਹੈ, ਉਸ ਵਿਆਖਿਆ ਦੇ ਤਹਿਤ ਉਹ ਆਪਣਾ ਜਿਹੜੀ ਗੱਲ ਕਰ ਸਕਦੀ ਹੈ। ਉਹ ਸਿਰਫ ਸਰਕਾਰ ਨੂੰ ਇੱਕ ਨਿਰਦੇਸ਼ ਦੇ ਸਕਦੀ ਹੁੰਦੀ ਹੈ ਵੀ ਭਾਈ ਸੰਵਿਧਾਨ ਦੇ ਅਕੋਰਡਿੰਗ ਜਾਂ ਕਾਨੂੰਨ ਦੇ ਅਕੋਰਡਿੰਗ ਇੱਥੇ ਤੁਸੀਂ ਗਲਤ ਹੋ, ਤੁਸੀਂ ਜੀ ਇਹ ਕੰਮ ਐਂ ਕਰ ਲਓ, ਜਾਂ ਫਿਰ ਕਾਨੂੰਨ ਦੇ ਅਕੋਰਡਿੰਗ ਤੁਸੀਂ ਸਹੀ ਹੋ, ਇਹਨੂੰ ਫਿਰ ਐਂ ਕਰ ਲਓ। ਆਹੀ ਸੁਪਰੀਮ ਕੋਰਟ ਕਰ ਸਕਦੀ ਹੈ। ਪਰ ਪੁਰਾਣੇ ਸਮੇਂ 'ਚ ਹੁੰਦਾ ਕੀ ਸੀਗਾ, ਅੱਜ ਤੋਂ 10-15 ਸਾਲ ਪਹਿਲਾਂ, ਜਦੋਂ ਸੁਪਰੀਮ ਕੋਰਟ ਲਤਾੜ ਮਾਰਦੀ ਸੀ ਨਾ, ਉਹਦਾ ਇੱਕ ਐਂ ਮੰਨਿਆ ਜਾਂਦਾ ਸੀ ਹਾਂ ਵੀ ਇਹ ਬਹੁਤ ਵੱਡੀ ਫਿਟਕਾਰ ਹੈ, ਮੰਨਣੀ ਚਾਹੀਦੀ, ਇਹਦੀ ਰਿਸਪੈਕਟ ਕਰਨੀ ਚਾਹੀਦੀ ਹੈਗੀ ਆ। ਪਰ ਅੱਜ ਦੇ ਸਮੇਂ 'ਚ ਹੁਣ ਕੋਈ ਗੱਲ ਹੀ ਨਹੀਂ ਹੈਗੀ, ਸੁਪਰੀਮ ਕੋਰਟ ਨੂੰ ਕੋਈ ਕਹਿੰਦਾ ਹੀ ਨਹੀਂ ਹੈਗਾ ਵੀ ਠੀਕ ਆ ਬੋਲੀ ਜਾਂਦਾ ਬੋਲੀ ਜਾਣ ਦੇ। ਹੁਣ ਤਾਂ ਅਮਿਤ ਸ਼ਾਹ ਵਰਗੇ ਜਦੋਂ ਇਹ ਬਿਆਨ ਦਿੰਦੇ ਨੇ ਵੀ ਸੁਪਰੀਮ ਕੋਰਟ ਆ ਜਿਹੜੀ ਅਦਾਲਤਾਂ ਨੇ ਉਹਨਾਂ ਨੂੰ ਸਾਡੇ ਵਿਸ਼ਵਾਸ ਵਿੱਚ ਨਹੀਂ ਟੰਗ ਡਾਉਣੀ ਚਾਹੀਦੀ, ਇਹ ਤਾਂ ਅਮਿਤ ਸ਼ਾਹ ਨੇ ਕਿਹਾ ਸੀ ਜਦੋਂ ਕੇਰਲ ਦੇ ਜਿਹੜਾ ਹੈਗਾ ਸਬਰੀਮਾਲਾ ਮੰਦਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਬਿਆਨ ਆਇਆ ਸੀ। ਜਦੋਂ ਤੁਸੀਂ ਸੁਪਰੀਮ ਕੋਰਟ ਨੂੰ ਹੀ ਟਿੱਚ ਜਾਣਦੇ ਹੋ ਫਿਰ ਸੁਪਰੀਮ ਕੋਰਟ ਵਿੱਚ ਬੋਲੀ ਜਾਵੇ ਵਿਚਾਰਾ, ਉਹਦਾ ਕਿਹਨੇ ਫਿਕਰ ਕਰਨੀ ਹੈ? ਬਾਕੀ ਉਹ ਕੋਈ ਕੋਸ਼ਿਸ਼ 'ਚ ਲੱਗੇ ਹੋਏ ਨੇ ਵੀ ਜਿਹੜੀਆਂ ਕੋਰਟਾਂ ਨੇ ਇਹਦੇ ਵਿੱਚ ਆਪਣੀ ਤਰ੍ਹਾਂ ਦੇ ਜੱਜ ਭਰਤੀ ਕੀਤੇ ਜਾਣ, ਆਪਣੀ ਤਰ੍ਹਾਂ ਦੇ ਵਕੀਲ ਭਰਤੀ ਕੀਤੇ ਜਾਣ, ਤਾਂ ਜੋ ਕਿ ਜਿਹੜਾ ਕੋਈ ਆਖਰੀ ਲੋਕਤੰਤਰ ਦੀ ਇਕਾਈ ਬਚੀ ਹੋਈ ਆ ਸਾਰਾ ਨਾਰਾ ਮਾਰਨ ਵਾਲੀ ਉਹ ਵੀ ਨਾ ਬਚੀ ਰਹੀ। ਕੁਝ ਨਿਊਜ਼ ਚੈਨਲਾਂ ਨੇ ਕਵਰ ਕਰਕੇ ਇਹ ਵੀ ਦੱਸਿਆ ਕਿ ਉੱਥੇ ਮਣੀਪੁਰ ਦੇ ਪਿੰਡਾਂ ਦੇ ਜਿਹੜੇ ਹਮਲੇ ਹੋਏ ਆ ਦੋਵੇਂ ਜਾਤੀਆਂ ਜਿਹੜੀਆਂ ਅੱਡ ਅੱਡ ਧਰਮਾਂ ਦੇ ਲੋਕ ਸੀਗੇ ਕਿ ਬੱਚਿਆਂ ਇੰਨੇ ਡਰ ਗਏ ਸੀਗੇ, ਪਰਿਵਾਰ ਇੰਨੇ ਡਰ ਗਏ ਸੀਗੇ, ਉਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆਈ ਗਏ ਜੀ ਬੱਚਿਆਂ ਨੂੰ ਕਿ ਇਹਨਾਂ ਨੂੰ ਇਸ ਘਟਨਾ ਦੇ। ਇਹ ਵੀ ਬੜਾ ਜ਼ਿਆਦਾ ਇਹਦੇ ਵਿੱਚ ਔਰਤਾਂ ਤੇ ਬੱਚੇ ਪ੍ਰਭਾਵਿਤ ਹੋਏ ਨੇ, ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਅਸਲ ਵਿੱਚ ਕਾਰਨ ਕੀ ਹੈ ਜੀ, ਕੀ ਮਣੀਪੁਰ ਦੰਗੇ ਕਿੱਥੋਂ ਸ਼ੁਰੂ ਹੋਏ ਜੀ, ਕੀ ਕਿੱਥੇ ਬੇਸ ਕੀ ਹੈ, ਕਾਰਨ ਕੀ ਹੈ ਇਹਨਾਂ ਦਾ? ਇਹਨਾਂ ਕਾਰਨ ਦੋ ਭਾਈਚਾਰਿਆਂ ਦੇ ਵਿੱਚ, ਇੱਕ ਭਾਈਚਾਰੇ ਨੂੰ ਜਿਹੜਾ ਹੈਗਾ ਰਾਖਵੇਂ ਕਰਨ ਦੇ ਵਿੱਚ ਹਿੱਸਾ ਦੇਣ ਤੋਂ ਸ਼ੁਰੂ ਹੋਈ ਸੀ ਕਹਾਣੀ ਇਹ। ਅੱਛਾ, ਤੇ ਉਹ ਜਿਹੜਾ ਆਪਾਂ ਪਿਛਲੇ ਪ੍ਰੋਗਰਾਮ ਪਿਛਲੇ ਤੋਂ ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਦੱਸੀ ਸੀਗੀ, ਕਿਉਂਕਿ ਉੱਥੇ ਇੱਕ ਜਿਹੜਾ ਭਾਈਚਾਰਕ ਕਲੈਸ਼ ਹੈ ਨਾ, ਪੂਰੇ ਇਕੱਲਾ ਮਣੀਪੁਰ 'ਚ ਨਹੀਂ, ਨੌਰਥ ਈਸਟ ਤੇ ਕੁਛ ਹੋਰ ਹਿੱਸਿਆਂ ਵਿੱਚ ਵੀ, ਚਾਹੇ ਉਹ ਤੁਹਾਡਾ ਮਣੀਪੁਰ ਹੋ ਗਿਆ, ਸਿੱਕਮ ਵੀ ਹੋ ਗਿਆ, ਨਾਗਾਲੈਂਡ ਦੇ ਵੀ ਕੁਛ ਹਿੱਸੇ ਨੇ, ਫਿਰ ਇੱਧਰ ਤੋਂ ਫਿਰ ਤੁਸੀਂ ਅਸਾਮ ਵਾਲਾ ਜੋ ਉਹਦੇ ਵੀ ਹਿੱਸੇ ਆ, ਇੱਥੇ ਜਿਹੜਾ ਹੈਗਾ ਭਾਈਚਾਰਕ ਜਿਹੜੇ ਟਕਰਾਅ ਨੇ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਉਹਦੇ ਉਹਨੂੰ ਦੇਖਣ ਲਈ ਮੈਂ ਤੁਹਾਨੂੰ ਹਿਸਟਰੀ ਵਿੱਚ ਜਾਣਾ ਪਏਗਾ ਵੀ ਇਹਦੇ ਵਿੱਚ ਕੀ ਕਾਰਨ ਹੈਗੇ ਨੇ। ਉਹ ਉੱਥੋਂ ਸ਼ੁਰੂ ਹੋਈ ਸੀ, ਉੱਥੋਂ ਹੁੰਦੇ ਹੋਏ ਅੰਦਰ ਖਾਤੇ, ਜਿਵੇਂ ਕਾਂਗਰਸ ਦਾ ਤਾਂ ਸਿੱਧੀ ਤਰ੍ਹਾਂ ਦਾ ਦੋਸ਼ ਹੈ ਕਿ ਮਣੀਪੁਰ ਵਾਲੇ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜੀ ਬੀਜੇਪੀ ਹੈ ਉਹ ਇਹਨੂੰ ਅੱਗ ਲਾਉਣ ਦਾ ਕੰਮ ਕਰ ਰਹੀ ਹੈਗੀ ਆ ਤੇ ਇਹਨੂੰ ਭੜਕਾਉਣ ਦਾ ਕੰਮ ਕਰ ਰਹੀ ਹੈਗੀ ਆ। ਉੱਥੇ ਕੁਛ ਲੋਕਲ ਜਰਨਲਿਸਟ ਵੀ ਕਹਿ ਰਹੇ ਨੇ ਕਿ ਇਹਦੇ ਵਿੱਚ ਇੱਕ ਦੋ ਪਾਰਟੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਹਨਾਂ ਦਾ ਨੇ ਇਹਨੂੰ ਭੜਕਾਉਣ ਦੇ ਲਈ ਬੈਕ ਦੇ ਉੱਤੇ ਉਹਨਾਂ ਨੇ ਆਪਣਾ ਕੰਮ ਕੀਤਾ ਹੈਗਾ। ਸੋ ਹੁਣ ਉਹ ਅੱਗ ਲੱਗ ਚੁੱਕੀ ਆ, ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਜਿੱਥੇ ਜਿੱਥੇ ਪੋਲਰਾਈਜ਼ ਹੁੰਦੀ ਆ ਉੱਥੇ ਭਾਰਤ ਦੀ ਇੱਕ ਵੱਡੀ ਪਾਰਟੀ ਨੂੰ ਕਾਫੀ ਫਾਇਦਾ ਹੁੰਦਾ ਹੈ। ਜੀ ਬਿਲਕੁਲ, ਹੁਣ ਥੋੜ੍ਹੀ ਜਿਹੀ ਗੱਲ ਸਮਝ ਆਉਂਦੀ ਲੱਗਦੀ ਆ ਕਿ 16 ਜ਼ਿਲ੍ਹਿਆਂ 'ਚ ਜੇ ਮਣੀਪੁਰ ਫੈਲਿਆ ਹੋਇਆ
ਤਾਂ ਇੰਫਾਲ ਘਾਟੀ ਦੇ ਆਲੇ ਦੁਆਲੇ ਜਿਹੜੇ ਹਿੰਦੂ ਸਮੁਦਾਏ ਦੇ ਨਾਲ ਤਾਲੁਕ ਰੱਖਦੇ ਆ, ਮਹਿਤਾਈ ਜਾਤੀ ਦੇ ਲੋਕ ਨੇ ਜਾਂ ਹੋਰ ਨੇ, ਉਹ ਉਹਨਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ, ਤਾਂ ਪਹਾੜੀ ਇਲਾਕੇ ਜਿਹੜੇ ਹੈਗੇ ਆ ਨਾਗਾ ਕੁੱਕੀ ਜਨਜਾਤੀਆਂ, ਉਹ ਇਹਦਾ ਵਿਰੋਧ ਕਰ ਰਹੀਆਂ, ਤਾਂ ਹੀ ਇਹ ਆਪਸ 'ਚ ਲੱਗਦਾ ਕਿ ਇਹ ਜਿਹੜੇ ਜਾਤ ਧਰਮ ਦੇ ਨਾਂ 'ਤੇ ਦੰਗੇ ਬੜੇ ਹੀ ਮੰਦਭਾਗੇ ਦੌਰ ਦੇ ਵਿੱਚੋਂ ਭਾਰਤ ਗੁਜ਼ਰ ਰਿਹਾ ਲੱਗਦਾ ਜੀ। ਅਤੇ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਰੁੱਖ ਕਰਦੇ ਹਾਂ ਭਾਰਤ ਦੇ ਕਿਸੇ ਵੀ ਰਾਜ ਦਾ, ਤਾਂ ਜਾਤ ਧਰਮ ਦੀ ਗੱਲ ਤਾਂ ਜ਼ਰੂਰ ਚੱਲਦੀ ਹੈ। ਹੁਣ ਇੱਕ ਹੋਰ ਵੱਖਰੀ ਕਿਸਮ ਦਾ ਮਾਮਲਾ ਗੁਜਰਾਤ ਦੇ ਵਿੱਚੋਂ ਸਾਹਮਣੇ ਆ ਰਿਹਾ ਸ਼ਿਵਿੰਦਰ ਜੀ, ਕਿ ਉੱਥੇ ਲਾਪਤਾ ਔਰਤਾਂ ਬਾਰੇ ਕੀ ਅਪਡੇਟ ਹੈ ਜੀ? ਗੁਜਰਾਤ ਦੇ ਵਿੱਚੋਂ ਜਿਹੜੀਆਂ ਕਾਫੀ ਖਬਰ ਜਿਹੜੀ ਹੈਗੀ ਹੈ, ਗੁਜਰਾਤ ਦੇ ਵਿੱਚੋਂ ਨਾ ਜਿਹੜੀ ਖਬਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਇੱਕ ਪਾਸੇ ਤਾਂ ਹੁਣ ਇਹ ਰੌਲਾ ਪਾ ਰਹੇ ਹੈਗੇ ਨੇ ਵੀ ਲਵ ਜਿਹਾਦ ਦਾ ਫਲਾਨਾ ਜੀ ਜੇ ਹਿੰਦੂ ਕੁੜੀਆਂ ਨਾਲ ਆਏ ਹੋ ਗਿਆ, ਫਲਾਨਾ ਹੋ ਗਿਆ, ਜੋ ਕਿ ਸਾਰਾ ਇੱਕ ਬੋਕਸ ਆ, ਇਹਦਾ ਕੋਈ ਕਾਨੂੰਨੀ ਆਧਾਰ ਨਹੀਂ, ਨਾ ਹੀ ਸਮਾਜਿਕ ਆਧਾਰ ਹੈ, ਨਾ ਹੀ ਕੋਈ ਜ਼ਮੀਨ 'ਚ ਕਿਤੇ ਚੀਜ਼ ਪਈ ਹੈ। ਪਰ ਜਿਹੜੀ ਗੁਜਰਾਤ ਵਿੱਚੋਂ ਖਬਰ ਆ ਰਹੀ ਹੈ ਉਹ ਤਾਂ ਤੁਸੀਂ ਇੱਕ ਐਂ ਦੇਖੋ ਨਾ ਵੀ ਇਮੈਜਿਨ ਕਰੋ ਵੀ ਸਾਰਾ ਜਿਹੜਾ ਗੁਜਰਾਤ ਵਿੱਚ ਹੁਣ ਲੰਮਾ ਸਮਾਂ ਕਿਹਦੀ ਸਰਕਾਰ ਆ? ਭਾਜਪਾ ਦੀ ਸਰਕਾਰ ਹੈ। ਇੱਥੇ ਤਾਂ ਸਾਰਾ ਕੁਛ ਹੀ ਮਤਲਬ ਬੀਜੇਪੀ ਦੇ ਉੱਤੇ ਸਵਾਲ ਖੜੇ ਹੋ ਗਏ ਤੇ ਗੁਜਰਾਤ ਵਿੱਚੋਂ 40,000 ਤੋਂ ਉੱਪਰ ਔਰਤਾਂ ਨੇ ਜਿਹੜੀਆਂ ਉਹ ਮਤਲਬ ਗਾਇਬ ਨੇ, ਲਾਪਤਾ ਹੋ ਚੁੱਕੀਆਂ ਨੇ। ਸੋ ਜਦੋਂ 40,000 ਤੋਂ ਉੱਪਰ ਲਾਪਤਾ ਔਰਤਾਂ ਹੋਣ ਤੇ ਜਿਹਦੇ ਬਾਰੇ ਇਹ ਸ਼ੱਕ ਹੈ ਕਿ ਸ਼ਾਇਦ ਜਿਹੜੀਆਂ ਗੁਜਰਾਤ ਦੇ ਵਿੱਚ ਲਾਪਤਾ ਔਰਤਾਂ ਇਹ ਕਿਸੇ ਬੇਸ਼ਵਾ ਕੰਪਨੀ ਦੇ ਵਿੱਚ ਨਾ ਕਈਆਂ ਹੋਣ, ਹੁਣ ਉਸ ਪਾਸੇ ਨਾ ਇਹਨਾਂ ਨੂੰ ਭੇਜ ਦਿੱਤਾ ਗਿਆ ਹੋਵੇ, ਤੇ ਇਹ ਤਮਾਮ ਇੱਕ ਬਹੁਤ ਵੱਡੀ ਖਬਰ ਬਣਦੀ ਆ। ਪਿਛਲੇ 5-7 ਸਾਲਾਂ ਦੇ ਵਿੱਚ 40,000 ਤੋਂ ਉੱਪਰ ਔਰਤਾਂ ਗਾਇਬ ਨੇ, ਇਹ ਮਤਲਬ ਇੱਕ ਰਿਪੋਰਟ ਦੱਸਦੀ ਹੈਗੀ ਆ। ਇਹਦੇ ਕਰਕੇ ਹੁਣ ਸਵਾਲ ਉੱਠ ਰਹੇ ਨੇ, ਪੁਰਾਣੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਕਹਿ ਰਹੇ ਹੈਗੇ ਨੇ ਕਿ ਜੀ ਦੇਖੋ ਆਮ ਤੌਰ ਉੱਤੇ ਜਿਹੜੇ ਉੱਥੇ ਉਰੇ ਦਾ ਪ੍ਰਸ਼ਾਸਨ ਹੈ ਉਹਨੇ ਕਦੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਇੱਕ ਇਹਦਾ ਸਮਾਜਿਕ ਆਧਾਰ ਵੀ ਦੱਸਦੇ ਨੇ, ਕਹਿੰਦੇ ਪਹਿਲਾਂ ਤਾਂ ਮੰਨਿਆ ਹੀ ਜਾਂਦਾ ਸੀਗਾ ਕਿ ਵੀ ਸ਼ਾਇਦ ਕੁੜੀ ਮੰਨ ਲਓ ਜਾਂ ਬੱਚਾ ਕੋਈ ਗੁੰਮ ਹੋ ਗਿਆ, ਕਹਿੰਦੇ ਸੀਗੇ ਵੀ ਕੋਈ ਕਤਲ ਕੁਤਲ ਨਾ ਹੋ ਗਿਆ ਹੋਵੇ ਜਾਂ ਉਹ ਇੱਧਰ ਉੱਧਰ ਹੋ ਗਿਆ ਹੋਊ, ਪਰ ਉਹਨੂੰ ਥੋੜ੍ਹਾ ਜਿਹਾ ਸੀਰੀਅਸ ਪਰਿਵਾਰ ਵੱਲੋਂ ਵੀ ਨਹੀਂ ਲਿਆ ਗਿਆ ਵੀ ਬੱਚਾ ਗਾਇਬ ਹੋਣਾ ਉਹ ਲਿਆ ਗਿਆ, ਪਰ ਇਹ ਇੱਕ ਤਸਕਰਾਂ ਦਾ ਕੰਮ ਦੱਸਿਆ ਜਾ ਰਿਹਾ। ਲੇਕਿਨ ਜਿਹੜੇ ਅੰਕੜੇ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਉਹ ਵੀ 40,000 5 ਸਾਲ ਦੇ ਵਿੱਚ, ਇਹਦਾ ਮਤਲਬ ਕੀ ਹੈ ਕਿ 16 ਦੇ ਵਿੱਚ 7,700, 17 ਦੇ ਵਿੱਚ 7,700 ਦੇ ਉੱਤੇ, 18 ਦੇ ਵਿੱਚ 9,900 ਦੇ ਉੱਤੇ, 19 ਦੇ ਵਿੱਚ 9,900 ਦੇ ਉੱਤੇ, 20 ਦੇ ਵਿੱਚ ਜਿਹੜਾ ਹੈਗਾ ਇਹ 8,000 ਤੋਂ ਉੱਤੇ, ਮਤਲਬ 8,290 ਦੇ ਕਰੀਬ ਜਿਹੜਾ ਲਾਪਤਾ ਹੋਏ ਨੇ, ਇੱਕ 41,621 ਸੰਖਿਆ ਬਣ ਜਾਂਦੀ ਹੈ। ਇਹਦੇ ਨਾਲ ਦੀ ਨਾਲ ਹੀ ਸਰਕਾਰ ਦਾ ਜਿਹੜਾ ਹੈਗਾ ਦੁਬਾਰਾ 2021 ਦੇ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ਦੇ ਵਿੱਚ ਅਹਿਮਦਾਬਾਦ ਹੈ ਉਹਦੇ ਬੜੌਦਾ ਦੇ ਵਿੱਚ ਵੀ 4742 ਔਰਤਾਂ ਦੇ ਲਾਪਤਾ ਹੋਣ ਦੀ ਗੱਲ ਤਾਂ ਸਰਕਾਰ ਮੰਨ ਚੁੱਕੀ ਹੈ 2 ਸਾਲ ਪਹਿਲਾਂ ਹੀ। ਇੰਡੀਅਨ ਐਕਸਪ੍ਰੈਸ ਦੇ ਵਿੱਚ ਪ੍ਰਕਾਸ਼ਿਤ ਹੋਈ ਰਿਪੋਰਟ ਦੱਸ ਰਹੀ ਹੈ ਕਿ ਇਹਦੇ ਵਿੱਚ ਕਈ ਸਾਬਕਾ ਅਧਿਕਾਰੀ ਨੇ, ਸੂਬੇ ਦੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੁਧੀਰ ਸਿਨਹਾ ਦਾ ਕਹਿਣਾ ਕਿ ਕੁੱਝ ਲਾਪਤਾ ਵਿਅਕਤੀਆਂ ਦੇ ਮਾਮਲੇ ਵਿੱਚ ਮੈਂ ਦੇਖਿਆ ਕਿ ਕੁੜੀਆਂ ਤੇ ਔਰਤਾਂ ਨੂੰ ਕਦੇ ਕਦੇ ਗੁਜਰਾਤ ਦੇ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਭੇਜਿਆ ਜਾਂਦਾ ਰਿਹਾ ਜਿੱਥੇ ਵੇਸ਼ਵਾ ਵਿਰਤੀ ਦੇ ਵਿੱਚ ਵੇਸ਼ਵਾ ਕੰਪਨੀ ਵਿੱਚ ਇਹਨਾਂ ਨੂੰ ਪਾਇਆ ਜਾਂਦਾ। ਨਾਲ ਦੀ ਉਹਨਾਂ ਦਾ ਕਹਿਣਾ ਕਿ ਪੁਲਿਸ ਦੀ ਸਮੱਸਿਆ ਹੈਗੀ ਹੈ ਕਿ ਗੁੰਮਸ਼ੁਦਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀ ਨਹੀਂ ਹੈਗੀ, ਇਹੋ ਜਿਹੇ ਮਾਮਲਿਆਂ ਨੂੰ ਜਿਹੜਾ ਗੰਭੀਰ ਰੂਪ 'ਚ ਜੇ ਲਿਆ ਜਾਂਦਾ ਤਾਂ ਇਹ ਸਮੱਸਿਆ ਸ਼ਾਇਦ ਇੰਨੀ ਨਾ ਵੱਧਦੀ। ਸਿਨਹਾ ਇਹ ਵੀ ਕਹਿੰਦੇ ਨੇ ਕਿ ਗੁੰਮਸ਼ੁਦਗੀ ਲੋਕਾਂ ਦੇ ਮਾਮਲੇ ਦੇ ਵਿੱਚ ਅਕਸਰ ਹੀ ਪੁਲਿਸ ਦੁਆਰਾ ਅਣਦੇਖੀ ਕੀਤੀ ਜਾਂਦੀ ਹੈ ਕਿਉਂਕਿ ਜਾਂਚ ਜਿਹੜੀ ਹੈਗੀ ਆ ਤਰੀਕਾ ਵਾ ਜਿਹੜਾ ਜਾਂਚ ਦਾ ਉਹ ਹੀ ਅੰਗਰੇਜ਼ੀ ਹਕੂਮਤ ਵਾਲਾ। ਸੋ ਕੁੱਲ ਮਿਲਾ ਕੇ ਕਾਫੀ ਵੱਡਾ ਇੱਕ ਨਾਂ ਹੈਗਾ ਗੁਜਰਾਤ ਦੇ ਵਿੱਚ ਰਾਜਨ ਪ੍ਰਿਯਦਰਸ਼ਨੀ, ਜਿਹੜਾ ਕਿ ਪੁਲਿਸ ਦਾ ਨਿਰਦੇਸ਼ਕ ਵੀ ਰਿਹਾ ਹੋਇਆ ਇੱਕ ਟਾਈਮ ਦੇ ਵਿੱਚ, ਉਹਨਾਂ ਨੇ ਵੀ ਸਾਫ ਸਾਫ ਕਿਹਾ ਕਿ ਇਹ ਇੱਕ ਮਨੁੱਖੀ ਤਸਕਰੀ ਵਾਲਾ ਹੀ ਹੈ। ਪਰ ਹੁਣ ਸਭ ਤੋਂ ਵੱਡੀ ਚੀਜ਼ ਇਹ ਆ ਜਾਂਦੀ ਹੈ, ਹਾਲੇ ਕੁਛ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਕੱਲ ਹੀ ਬੋਲ ਕੇ ਹਟਿਆ, ਇੱਕ ਫਿਲਮ ਆਈ ਹੈ ਜਿਹੜੀ ਕੇਰਲ ਵਾਲੀ, ਕੇਰਲ ਸਟੋਰੀ ਫਿਲਮ ਕਰਕੇ ਜਿਹੜੀ ਕਿ ਨਿਰੋਲ ਫਿਰਕੂ ਆਧਾਰ ਉੱਤੇ ਖੜੀ ਹੈ, ਉਹਦੇ ਵਿੱਚ ਲਵ ਜਿਹਾਦ ਵਾਲਾ ਐਂਗਲ ਹੋਰ ਬੜਾ ਕੁਛ ਪਾਇਆ, ਮਤਲਬ ਬੀਜੇਪੀ ਨੂੰ ਫਿੱਟ ਆਉਂਦੀ ਹੈਗੀ, ਉਹਦਾ ਪ੍ਰਚਾਰ ਹੀ ਕਰਨ ਲੱਗੀ ਹੋਈ ਆਪਣੇ ਚੋਣ ਪ੍ਰਚਾਰ 'ਚ, ਉਹਦੇ ਵਿੱਚ ਔਰਤਾਂ ਦੇ ਆਏ ਹੋਏ ਆਪਣੇ ਆਪ 'ਚ ਬਹੁਤ ਵੱਡੇ ਅਗਵਾਨੂ ਬਣੇ ਨੇ। ਪਰ ਇਹਨਾਂ ਨੂੰ ਹੁਣ ਵੱਡਾ ਸਵਾਲ ਤੇ ਹੀ ਪੁੱਛਿਆ ਜਾ ਸਕਦਾ ਵੀ ਭਾਈ 5 ਸਾਲ ਦੇ ਵਿੱਚ 40,000 ਔਰਤਾਂ ਗਾਇਬ ਹੋ ਗਈਆਂ, ਇਹ ਹੁਣ 5 ਸਾਲ ਦਾ ਅੰਕੜਾ, ਜਿਹਨੂੰ ਇਦੋਂ ਜੇ ਆਪਾਂ ਦੇਖੀਏ ਕਿ ਬੀਜੇਪੀ ਦੇ ਰਾਜ ਮੇਲੇ ਦਾ ਅੰਕੜਾ ਕੱਢ ਲਈਏ ਤਾਂ ਇਹ ਕਿੰਨੀਆਂ ਔਰਤਾਂ ਗਾਇਬ ਹੋਈ ਹੋਣਗੀਆਂ, 2000 ਤੋਂ ਤਾਂ ਲੱਗ ਜਾਂਦੇ ਆ, ਸਨ 2000-99 ਤੋਂ, ਤਾਂ ਉਦੋਂ ਤੋਂ ਲੈ ਕੇ ਜੇ ਅੰਕੜਾ ਕੱਢੀਏ ਤਾਂ ਇਹ ਅੰਕੜਾ ਹੋ ਸਕਦਾ ਬਹੁਤ ਜ਼ਿਆਦਾ ਅੱਗੇ ਜਾਵੇ ਜੀ। ਬਿਲਕੁਲ,
ਦੂਜੀ ਜਿਹੜੀ ਕੇਰਲ ਵਾਲੀ ਫਿਲਮ ਦੀ ਗੱਲ ਤੁਸੀਂ ਕੀਤੀ ਆ, ਇਹਦਾ ਪ੍ਰਚਾਰ ਕਰਨਾਟਕ 'ਚ ਵੀ ਹੋਈ ਜਾਂਦਾ ਕਾਂਗਰਸ ਦੇ ਨਾਲ, ਈਵਨ ਪ੍ਰਧਾਨ ਮੰਤਰੀ ਮੋਦੀ ਹੋਣਾ ਨੇ ਵੀ ਇਸ 'ਤੇ ਬਿਆਨਬਾਜ਼ੀ ਕੀਤੀ ਆ, ਸੁਪਰੀਮ ਕੋਰਟ ਨੇ ਵੀ ਇਸ 'ਤੇ ਕੋਈ ਜਿਹੜਾ ਹੈਗਾ ਸੁਣਵਾਈ ਕਰਨ ਤੋਂ ਇਨਕਾਰ ਕਰਤਾ ਸੀ, ਰੋਕ ਨਹੀਂ ਲਾਇਆ। ਅਸਲ ਕਹਾਣੀ ਹੈ ਕੀ ਜੀ ਇਸ ਫਿਲਮ ਦੀ, ਮੁੱਦੇ ਦੀ, ਦਾ ਕੇਰਲ? ਕਹਾਣੀ ਮੇਰੇ ਕੋਲ ਉਹ ਤਾਂ ਪਹੁੰਚੀ ਨਹੀਂ, ਫਿਲਮ ਨਾ ਮੈਂ ਦੇਖੀ ਆ, ਪਰ ਉਹ ਜੋ ਮੈਂ ਵੱਖ ਵੱਖ ਇਹਦੇ ਬਾਰੇ ਜਿਹਨਾਂ ਨੇ ਦੇਖੀ ਉਹਨਾਂ ਨਾਲ ਗੱਲ ਜ਼ਰੂਰ ਕੀਤੀ ਆ। ਮੇਰੇ ਕੁਛ ਦਿੱਲੀ ਦੇ ਮਿੱਤਰਾਂ ਨੇ ਜੇ ਦੇਖੀ ਹੈ, ਉਹਨਾਂ ਕੋਲ ਜਾਂ ਉਹਦੀ ਸਟੋਰੀ ਉਹਨਾਂ ਕੋਲ ਪਹੁੰਚ ਗਈ, ਜਾਂ ਤਾਂ ਉਹ ਰਿਵਿਊ ਕਰਨ ਲਈ ਆਈ ਹੋਣੀ ਹੈ, ਕਿਉਂਕਿ ਉਹ ਕਾਫੀ ਵੱਡੇ ਮੀਡੀਆ ਗਰੁੱਪਸ ਵਿੱਚ ਹੈਗੇ ਨੇ ਜੀ। ਉਹਦੇ ਵਿੱਚ ਮੋਟਾ ਜਿਹਾ ਚੀਜ਼ ਉਹਨਾਂ ਨੇ ਦੱਸੀ ਹੈ ਕਿ ਇਹ ਜੋ ਫਿਲਮ ਹੈ ਇਹਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹਿੰਦੂ ਕੁੜੀਆਂ ਨੂੰ ਕਿਵੇਂ ਮੁਸਲਮਾਨ ਬਣਾਇਆ ਜਾ ਰਿਹਾ, ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ, ਵੀ ਮੁਸਲਮਾਨ ਇੱਕ ਵੱਡੇ ਏਜੰਡੇ ਤਹਿਤ ਕੰਮ ਕਰ ਰਹੇ ਨੇ, ਉਹਦੇ ਵਿੱਚ ਮੁਸਲਮਾਨੀ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਤੇ ਕੁੜੀਆਂ ਨੂੰ ਹਿੰਦੂ ਕੁੜੀਆਂ ਨੂੰ ਭਰਮਾ ਕੇ ਜਿਹੜਾ ਹੈਗਾ ਧਰਮ 'ਚ ਲੈ ਕੇ ਆਓ, ਧਰਮ ਵਿੱਚ ਲੈ ਕੇ ਆ ਕੇ ਜਿਹੜਾ ਉਹਨਾਂ ਨੂੰ ਮੁਸਲਮਾਨ ਬਣਾਓ, ਇਹ ਮਤਲਬ ਇੱਕ ਤਰ੍ਹਾਂ ਦਾ ਮੁਸਲਮਾਨ ਆਬਾਦੀ ਬਣਾਉਣੀ ਵਧਾਉਣੀ ਤੇ ਹਿੰਦੂਆਂ ਦੀ ਆਬਾਦੀ ਨੂੰ ਉਹ ਕਰਕੇ ਹੈਗਾ। ਹੁਣ ਕੁਝ ਚਿਰ ਪਹਿਲਾਂ ਹੀ ਇਹ ਫਿਲਮ ਦਾ ਨਦੇ ਜਿਹਨੂੰ ਲੈ ਕੇ ਪ੍ਰਚਾਰ ਕਰ ਰਹੇ ਨੇ ਵੀ ਸਮਾਜ ਸੱਚ ਹੈ, ਸਮਾਜ ਦੀ ਸੱਚਾਈ ਆ, ਅਮਿਤ ਸ਼ਾਹ ਨੇ ਵੀ ਕੱਲ੍ਹ ਪਰਸੋਂ ਕਿਹਾ ਵੀ ਸਮਾਜ ਦੀ ਸੱਚਾਈ ਆ, ਫਲਾਨਾ ਢੀਂਗਣਾ, ਹੁਣ ਫਿਲਮ ਦਾ ਨਦੇ ਸਿੱਖ ਖੁਦ ਦੋ ਕੁ ਦਿਨ ਪਹਿਲਾਂ ਬੋਲਿਆ ਕਹਿੰਦਾ ਜੀ ਇਹ ਕਾਲਪਨਿਕ ਕਹਾਣੀ ਹੈਗੀ ਹੈ, ਇਹ ਤਾਂ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਫਿਲਮ ਦੇ ਨਦੇ ਸਿੱਖ ਦਾ ਬਿਆਨ ਹੈ, ਹਾਲੇ ਦੋ ਦਿਨ ਪਹਿਲਾਂ ਹੀ ਅਖਬਾਰਾਂ 'ਚ ਆਇਆ ਹੋਇਆ, ਸਰਚ ਮਾਰ ਕੇ ਦੇਖੀ ਜਾ ਸਕਦੀ ਆ। ਦੇਖੋ ਪਹਿਲੀ ਗੱਲ ਤਾਂ ਹੈਗੀ ਆ ਨਾ, ਇਹ ਜਿਹੜਾ ਨਾ ਬਿਰਤਾਂਤ ਹੈ, ਇਹ ਬੀਜੇਪੀ ਦਾ ਬਿਰਤਾਂਤ ਆ, 2014 ਵੇਲੇ ਜੋ ਸੱਤਾ 'ਚ ਆਈ ਆ ਲਵ ਜਹਾਦ ਦਾ, ਉਹ ਬਿਰਤਾਂਤ, ਇਹ ਬਿਰਤਾਂਤ ਇੱਕ ਤਾਂ ਔਰਤ ਵਿਰੋਧੀ ਵੀ ਜਾਂਦਾ ਹੈਗਾ, ਉਹ ਇਹਨੂੰ ਇਹਨੂੰ ਸਮਝੋ ਕੀ ਹੈ, ਇਹ ਹੈਗਾ ਵੀ ਮੁਸਲਮਾਨ ਮੁੰਡੇ ਨੇ ਉਹ ਬਣ ਠਣ ਕੇ ਆਉਂਦੇ ਨੇ, ਸੋਹਣੇ ਜੇ ਬਣਦੇ ਨੇ, ਐਨਕਾਂ ਉਨਕਾਂ ਲਾਉਂਦੇ ਨੇ, ਤੇ ਕੁੜੀਆਂ ਹਿੰਦੂ ਕੁੜੀਆਂ ਨੂੰ ਭਰਮਾਉਂਦੇ ਨੇ, ਤੇ ਜਾਣ ਬੁੱਝ ਕੇ ਉਹਨਾਂ ਨੂੰ ਜਿਹੜਾ ਉਹਦੇ ਵਿੱਚ ਅਵੇਸ਼ 'ਚ ਲੈ ਕੇ ਉਹਨਾਂ ਨੂੰ ਫਿਰ ਆਪਣੇ ਧਰਮ ਦਾ ਵਿੱਚ ਵਿਆਹ ਕਰਾ ਲੈਂਦੇ ਹੈਗੇ ਨੇ। ਪਹਿਲਾਂ ਇਹ ਇਹਨਾਂ ਨੇ ਰੌਲਾ ਪਾਇਆ ਵੀ ਕੇਰਲ ਵਿੱਚ ਇਹ ਮਾਮਲੇ ਆਏ ਨੇ, ਜਦੋਂ ਹੁਣ ਵੀ ਫਿਲਮ ਵੀ ਕੇਰਲ ਤੋਂ ਹੀ ਬਣੀ ਹੋਈ ਹੈਗੀ ਹੈ, ਉਸ ਵੇਲੇ ਕੇਰਲ ਹਾਈ ਕੋਰਟ ਨੇ ਕਿਹਾ ਇਹਦੀ ਆਪਣੇ ਤੌਰ ਦੇ ਉੱਤੇ ਜਾਂਚ ਕਰਾਈ, ਉਹ ਕਹਿੰਦੇ ਕਿ ਇਹੋ ਜਿਹਾ ਕੋਈ ਮਾਮਲਾ ਨਹੀਂ ਆਇਆ ਹੈਗਾ, ਕੋਈ ਮਾਮਲਾ ਹੈ ਹੀ ਨਹੀਂ, ਇਹ 2014-15 ਦੀ ਸਟੇਟਮੈਂਟ ਆ ਕੇਰਲ ਹਾਈ ਕੋਰਟ ਦੀ। ਫਿਰ ਉਹਦੇ ਬਾਅਦ ਵਿੱਚ ਇਹਨਾਂ ਨੇ ਰੌਲਾ ਯੂਪੀ 'ਚ ਵੀ ਪਾਇਆ। ਹੁਣ ਇੱਕ ਤਾਂ ਪਹਿਲੀ ਗੱਲ ਹੈ ਕਿ ਇਹ ਔਰਤ ਦੇ ਵਿਰੋਧ 'ਚ ਹੀ ਜਾਂਦੀ ਹੈ ਕਹਾਣੀ, ਇਹ ਕਿ ਇਹ ਮਤਲਬ ਔਰਤ ਨੂੰ ਇੰਨਾ ਮੂਰਖ ਸਮਝਦੇ ਨੇ ਵੀ ਕੋਈ ਔਰਤ ਹੈ ਉਹ, ਕੋਈ ਵੀ ਔਰਤ ਦਾ ਕੋਈ ਦਿਮਾਗ ਨਹੀਂ ਹੈਗਾ, ਕਿਉਂਕਿ ਇਹ ਜਿਹੜੀ ਮਾਨਸਿਕਤਾ ਨਾ, ਇਹ ਮਾਨਸਿਕਤਾ ਉਹੀ ਪਿੱਤਰਵਾਦੀ ਮਾਨਸਿਕਤਾ, ਇਹ ਉੱਥੋਂ ਵੀ ਆਈ ਹੋਈ ਆ ਵੀ ਔਰਤਾਂ ਦਾ ਦਿਮਾਗ ਨਹੀਂ ਹੁੰਦਾ, ਵੀ ਔਰਤਾਂ ਨੂੰ ਕੋਈ ਵੀ ਸੋਹਣਾ ਸੁਨੱਖਾ ਬਣ ਕੇ ਉਹ ਮਤਲਬ ਚਸ਼ਮੇ ਲਾ ਕੇ ਵੀ ਕੋਈ ਵੀ ਔਰਤਾਂ ਨੂੰ ਪ੍ਰਭਾਵਿਤ ਕਰ ਸਕਦਾ, ਆਰਾਮ ਨਾਲ ਔਰਤਾਂ ਹੋ ਜਾਣਗੀਆਂ ਪ੍ਰਭਾਵਿਤ। ਇੱਕ ਤਾਂ ਇਹ ਮਾਨਸਿਕਤਾ ਵੀ, ਦੂਜੀ ਹੈ ਕਿ ਜਿਹੜਾ ਇੱਕ ਕੰਸਟੀਟਿਊਸ਼ਨ ਦੇ ਵਿੱਚ ਵੀ, ਤੇ ਜਿਹੜਾ ਆਪਾਂ ਇਨਸਾਨੀ ਐਂਗਲ ਤੋਂ ਜਿਹੜਾ ਇੱਕ ਵਿਅਕਤੀ ਨੂੰ ਆਜ਼ਾਦੀ ਹੈ ਵੀ ਉਹ ਆਪਣਾ ਪਾਰਟਨਰ ਆਪ ਲੱਭ ਸਕਦਾ, ਆਪਣੀ ਮਰਜ਼ੀ ਨਾਲ ਕਿਸੇ ਨੂੰ ਮੁਹੱਬਤ ਕਰ ਸਕਦਾ, ਹੁਣ ਜਿਹੜਾ ਮੁਹੱਬਤ ਕਰਦਾ ਬਈ ਉਹ ਕਦੇ ਜਾਤ ਧਰਮ ਤਾਂ ਨਹੀਂ ਦੇਖੇਗਾ, ਤੇ ਇਹ ਉਹਦੇ ਵੀ ਵਿਰੋਧ ਵਿੱਚ ਜਾਂਦੀ ਹੈਗੀ ਆ। ਤੀਜੀ ਜਿਹੜੀ ਚੀਜ਼ ਹੈਗੀ ਆ ਕਿ ਕੁਝ ਮਾਮਲੇ ਯੂਪੀ 'ਚੋਂ ਇੱਕ ਬਿਲਕੁਲ ਡਿਫਰੈਂਟ ਆਏ ਨੇ, ਉਹ ਆਏ ਨੇ ਕਿ ਕੁੜੀ ਸੀਗੀ ਇਹਦੀ ਮੁਸਲਮਾਨਾਂ ਦੀ, ਮੁੰਡਾ ਸੀਗਾ ਹਿੰਦੂਆਂ ਦਾ, ਉੱਥੇ ਬੀਜੇਪੀ ਨੇ ਬਿਲਕੁਲ ਰੌਲਾ ਨਹੀਂ ਪਾਇਆ ਹੈਗਾ। ਹੁਣ ਪਹਿਲੀ ਗੱਲ ਤਾਂ ਜਦੋਂ ਤੁਸੀਂ ਕਹਿੰਦੇ ਨਾ ਲਵ ਜਹਾਜ਼ ਵਿਰੁੱਧ ਕਾਨੂੰਨ ਬਣਾਉਣਾ, ਤੁਸੀਂ ਫੰਡਾਮੈਂਟਲ ਰਾਈਟ ਦਾ ਵਿਰੋਧ ਕਰ ਰਹੇ ਹੋ, ਜਿਹੜਾ ਸੰਵਿਧਾਨ ਦੀ ਧਾਰਾ 19 ਤੁਹਾਨੂੰ ਦਿੰਦੀ ਆ ਵੀ ਹਰੇਕ ਵਿਅਕਤੀ ਨੂੰ ਆਪਣੇ ਮੁਤਾਬਕ ਜ਼ਿੰਦਗੀ ਜੀਣ ਦਾ ਅਧਿਕਾਰ ਆ। ਇਹ ਦੂਜੀ ਗੱਲ ਕਿ ਉਹਦੇ ਵਿੱਚੋਂ ਵੀ ਤੁਸੀਂ ਜਿਹੜਾ ਇੱਕ ਵਰਗ ਹੈ 50% ਜਿਹਦੀ ਆਬਾਦੀ ਹੈ ਦੁਨੀਆਂ ਉੱਤੇ ਅਸੀਂ ਮੰਨਦੇ ਹਾਂ ਔਰਤ, ਜੀ ਉਹਦੇ ਅਧਿਕਾਰਾਂ ਤੇ ਰੋਕ ਲਾ ਰਿਹਾ ਵੀ ਤੂੰ ਤਾਂ ਐਵੇਂ ਪਾਗਲ ਹੈ ਵੀ ਤੇਰੇ ਤੇ ਤਾਂ ਤੂੰ ਤਾਂ ਤੈਨੂੰ ਤਾਂ ਹਰੇਕ ਕੋਈ ਹੱਕ ਹੀ ਲਿਜਾ ਸਕਦਾ, ਇਸ ਕਰਕੇ ਤੇਰਾ ਫੈਸਲਾ ਅਸੀਂ ਕਰਾਂਗੇ। ਫਿਰ ਕਹਾਣੀ ਇੱਥੇ ਨੀ, ਬਜਰੰਗ ਦਲ ਵਰਗੇ ਦਲਾਂ ਨੇ 4-5 ਸਾਲ ਪਹਿਲਾਂ ਬੰਬੇ ਵਿੱਚ ਇੱਕ ਨਾਰਾ ਦਿੱਤਾ ਮੁੰਬਈ ਦੇ ਵਿੱਚ, ਬਹੂ ਲਾਓ ਬੇਟੀ ਬਚਾਓ ਜੀ। ਇਹ ਬੜੀ ਚੀਜ਼ ਸਮਝਣ ਵਾਲੀ ਆ ਕਿ ਬਹੂ ਲਾਓ ਮਤਲਬ ਜਿਹੜਾ ਦੁਸ਼ਮਣ ਧਰਮ ਹੈ ਉਹਦੀ ਕੁੜੀ ਨੂੰ ਆਪਦੀ ਬਹੂ ਬਣਾ ਲਓ, ਹੁਣ ਦੇਖਿਆ ਜਾਵੇ ਉਹ ਵੀ ਤਾਂ ਤੁਸੀਂ ਧੱਕਾ ਹੀ ਕਰੋਗੇ, ਜੇ ਤੁਸੀਂ ਐਂ ਕਰੋਗੇ ਤਾਂ ਤੁਹਾਡੀ ਬੇਟੀ ਬਚ ਜੂ। ਪਰ ਜੇ ਇਹਨੂੰ ਵੱਡੇ ਵਿਆਪਕ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀ ਔਰਤ ਹੈ ਚਾਹੇ ਉਹ ਹਿੰਦੂ ਆ ਮੁਸਲਮਾਨ ਆ, ਕਿਉਂਕਿ ਇਹਨਾਂ ਨੇ ਤਾਂ ਕਹਿਤਾ ਵੀ ਆਪਣੀ ਹਿੰਦੂ ਕੁੜੀ ਬਚਾਉਣੀ ਹੈ, ਉਹਦੇ ਲਈ ਤੁਸੀਂ ਬਹੂ ਲੈ ਕੇ ਆਓ ਦੂਜੇ ਧਰਮ ਦੀ, ਤੇ ਇਹਦਾ ਮਤਲਬ ਵੀ ਔਰਤ ਦਾ ਆਪਣਾ ਤਾਂ ਕੋਈ ਫੈਸਲਾ ਹੀ ਨਾ ਹੋਇਆ, ਇਹਦਾ ਤਾਂ ਫੈਸਲਾ ਮਰਦ ਨੇ ਹੀ ਕਰਨਾ ਹੋਏਗਾ, ਤੇ ਮਰਦ ਵੀ ਇੱਕੋ ਮਰਦ ਹਿੰਦੂ ਮਰਦ ਵੀ ਉਹੀ ਫੈਸਲਾ ਕਰੂਗਾ ਵੀ ਮੈਂ ਆਪਣੇ ਵਾਲੀ ਕੁੜੀ ਬਚਾਉਣੀ ਹੈ ਤੇ ਤੁਹਾਡੇ ਵਾਲੀ ਜਿਹੜੀ ਕੁੜੀ ਘਰੇ ਲਿਆਉਣੀ ਹੈ। ਸੋ ਇਹ ਜਿਹੜੀ ਮਾਨਸਿਕਤਾ ਬੜੀ ਖਤਰਨਾਕ ਮਾਨਸਿਕਤਾ, ਤੇ ਇਸੇ ਖਤਰਨਾਕ ਮਾਨਸਿਕਤਾ ਨੂੰ ਜਿਹੜਾ ਗੋਦੀ ਮੀਡੀਆ ਨੇ ਵੀ ਅਪਣਾ ਲਿਆ, ਗੋਦੀ ਮੀਡੀਆ ਅਪਣਾ ਕੇ ਜਿਹੜਾ ਸਮਾਜ ਦੇ ਵਿੱਚ ਇੱਕ ਨਫ਼ਰਤ ਦਾ ਸੰਚਾਰ ਕਰ ਰਿਹਾ। ਦੂਜੀ ਗੱਲ ਸ਼ਿਵਿੰਦਰ ਜੀ,
ਤੁਹਾਨੂੰ ਵੀ ਇਹ ਇਹਦੀ ਜਾਣਕਾਰੀ ਹੋਏਗੀ ਕਿ ਬਹੁਤੇ ਵਜ਼ੀਰ ਆ ਪੂਰੇ ਭਾਰਤ ਦੇ ਵਿੱਚ, ਉਹਨਾਂ ਨੇ ਇੰਟਰਕਾਸਟ ਮੈਰਿਜਸ ਕਰਵਾਈਆਂ ਹੋਈਆਂ ਨੇ, ਬਹੁਤੇ ਐਕਟਰ ਨੇ, ਬਹੁਤੇ ਬੜੇ ਬਥੇਰੇ ਨੇ, ਬੀਜੇਪੀ ਦੇ ਬਥੇਰੇ ਨੇ ਜਿਨ੍ਹਾਂ ਦੇ ਬੀਜੇਪੀ ਦੇ ਕਈ ਮੁਸਲਮਾਨਾਂ ਨੇ ਹਿੰਦੂ ਕੁੜੀਆਂ ਨਾਲ ਵਿਆਹ ਕਰਾਇਆ, ਕਈ ਹਿੰਦੂਆਂ ਨੇ ਤੇ ਇਹਦੇ ਨਾਲ ਕਰਾਇਆ, ਮੁਸਲਮਾਨਾਂ ਦੇ ਨਾਲ ਕਰਾਇਆ ਹੋਇਆ, ਉਹਦੇ ਵੇਲੇ ਕੋਈ ਦਿੱਕਤ ਨਹੀਂ ਹੈਗੀ। ਅਸਲ ਵਿੱਚ ਕਹਾਣੀ ਇਹ ਹੈਗੀ ਆ ਕਿ ਇਹ ਆਪਣੇ ਮਤਲਬ ਲੋਕਾਂ ਲਈ ਇਹ ਮਸਲਾ ਖੜਾ ਕਰਨਾ ਚਾਹੁੰਦੇ ਨੇ ਤਾਂ ਜੋ ਕਿ ਲੋਕਾਂ ਦੇ ਭਾਈਚਾਰਕ ਜਿਹੜੇ ਸੰਬੰਧ ਉਹ ਖਰਾਬ ਹੋਣ, ਉਹ ਜਿਹਦੇ ਵਿੱਚ ਉਹ ਆਪਣਾ ਫਿਰਕੂ ਧਰੂਵੀ ਕਰਨ ਵਾਲੀ ਜਿਹੜੀ ਸਿਆਸਤ ਹੈ ਇਹਨੂੰ ਚਮਕਾਉਂਦੇ ਰਹਿਣ। ਇਹ ਤਾਂ ਹੁਣ ਲੋਕਾਂ ਨੇ ਸੋਚਣਾ, ਕਿਉਂਕਿ ਹੁਣ ਵੱਡਾ ਮਸਲਾ ਪਤਾ ਕੀ ਹੈ, ਵੱਡਾ ਮਸਲਾ ਇਹ ਹੈਗਾ ਨਾ, ਅਸਲ 'ਚ ਨਾ ਸਾਡਾ ਸਮਾਜ ਬਰਾੜ ਸਾਹਿਬ ਇਸ ਤਰ੍ਹਾਂ ਦਾ ਵੀ ਔਰਤਾਂ ਦੇ ਮਾਮਲੇ 'ਚ ਤਾਂ ਅਸੀਂ ਪਹਿਲਾਂ ਹੀ ਬਹੁਤ ਪਿਛਾਂ ਖਿੱਚੂ ਵਿਚਾਰਾਂ ਦੇ ਹੈਗੇ ਹਾਂ। ਉਹ ਅਸਲ ਇਹ ਇਹੋ ਜਿਹੀਆਂ ਜਿਹੜੀਆਂ ਸਿਰਕਾਪ੍ਰਸਤ ਪਾਰਟੀਆਂ ਨੇ ਨਾ, ਉਹ ਸਾਡੇ ਪਿਛਾਂ ਖਿੱਚੂ ਵਿਚਾਰਾਂ ਨੂੰ ਹੀ ਹਵਾ ਦਿੰਦੀਆਂ। ਹੁਣ ਹਰੇਕ ਨੂੰ ਹੁੰਦਾ ਵੀ ਚਾਹੇ ਸਾਡੀ ਜਿਹੜੀ ਕੁੜੀ ਹੈਗੀ ਹੈ ਕਿ ਉਹ ਸਾਡੀ ਮਰਜ਼ੀ ਤੋਂ ਬਿਨਾਂ ਨਾ ਵਿਆਹ ਕਰਾ ਲਵੇ, ਉਹ ਫਲਾਣੇ ਧਰਮ ਦੇ ਨਾ ਜਾਵੇ। ਹੁਣ ਸਾਡੀ ਹਾਲਤ ਇਹ ਹੈਗੀ ਹੈ, ਹੁਣ ਇੱਕ ਛੋਟੀ ਜਿਹੀ ਉਦਾਹਰਨ ਹੈ, 2 ਸਾਲ ਪਹਿਲਾਂ ਕਸ਼ਮੀਰ 'ਚੋਂ ਇੱਕ ਇਸ਼ੂ ਆਇਆ ਸੀ, ਕਸ਼ਮੀਰ ਦੀ ਸਿੱਖ ਕੁੜੀ ਦਾ ਨੇ ਜਿਹੜਾ ਹੈਗਾ ਇੱਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਾ ਲਿਆ, ਤੇ ਠੀਕ ਆ, ਚੰਗੀ ਗੱਲ ਆ ਕਿ ਪੰਜਾਬੀ ਉਸ ਮਾਮਲੇ 'ਚ ਭੜਕੇ ਨਹੀਂ ਹੈਗੇ, ਪੰਜਾਬ ਦੀਆਂ ਕੁਛ ਸਿੱਖ ਸੰਸਥਾਵਾਂ ਨੇ ਵੀ ਕਿਹਾ ਵੀ ਇਹ ਨਿੱਜੀ ਮਾਮਲਾ ਹੈਗਾ, ਬੁੱਧੀਜੀਵੀਆਂ ਨੇ ਵੀ ਕਿਹਾ, ਪਰ ਇਹਨੂੰ ਭੜਕਾਉਣ ਦੀ ਮਨਜਿੰਦਰ ਸਿੰਘ ਸਿਰਸਿਆ ਨੇ ਪੂਰੀ ਕੋਸ਼ਿਸ਼ ਕੀਤੀ ਆ, ਕੁੜੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ, ਫਿਰ ਵੀ ਕੁੜੀ ਨੂੰ ਧੱਕੇ ਨਾਲ ਉੱਥੋਂ ਲਿਆ ਕੇ ਜਿਹੜਾ ਹੈਗਾ ਇੱਥੋਂ ਆ ਦਿੱਲੀ ਦੇ ਕਿਸੇ ਗ੍ਰੰਥੀ ਨਾਲ ਵਿਆਹ ਦਿੱਤਾ ਗਿਆ। ਬਈ ਉਹ ਕੀ ਸੀਗਾ, ਧੱਕਾ ਤਾਂ ਉਹ ਸੀਗਾ ਜਿਹੜਾ ਹੋਇਆ, ਉਹ ਤਾਂ ਕੁੜੀ ਆਪਣੀ ਮਰਜ਼ੀ ਨਾਲ ਜਿਹੜਾ ਉਹਨੇ ਵਿਆਹ ਕਰਾਇਆ। ਹੁਣ ਉਦੋਂ ਕੀ ਹੋਇਆ, ਜਿੰਨੇ ਵੀ ਕਸ਼ਮੀਰ ਦੇ ਸਿੱਖ ਸੀਗੇ, ਕਿਉਂਕਿ ਉਹ ਹੈ ਔਰਤ ਵਿਰੋਧੀ, ਉਹੀ ਮਾਨਸਿਕਤਾ ਵਾਲੇ, ਪਿੱਤਰਵਾਦੀ ਸੱਤਾ ਵਾਲੀ ਮਾਨਸਿਕਤਾ, ਉਹ ਸਾਰੇ ਮਨਜਿੰਦਰ ਸਿੰਘ ਸਿਰਸੇ ਨਾਲ ਖੜੇ ਹੋ ਗਏ ਜਾ ਕੇ, ਕਿਉਂਕਿ ਵੀ ਸੀ ਵੀ ਔਰਤ ਨੂੰ ਇੱਜ਼ਤ ਦਾ ਸਵਾਲ ਬਣਾ ਲਿਆ। ਹਾਲਾਂਕਿ ਮੈਂ ਉੱਥੇ ਉਹਨਾਂ ਦਿਨਾਂ 'ਚ ਰਿਪੋਰਟਿੰਗ ਕੀਤੀ, ਤੇ ਉਦੋਂ ਮੈਂ ਕਸ਼ਮੀਰੀ ਕੁਝ ਜਰਨਲਿਸਟਾਂ ਨਾਲ ਵੀ ਗੱਲ ਕੀਤੀ, ਉੱਥੇ ਦੀ ਸੁਸਾਇਟੀ ਦੇ ਕੁਛ ਹੋਰ ਕੇਸਾਂ ਦੀ ਵੀ ਸਟੱਡੀ ਕੀਤੀ, ਉੱਥੇ ਸਿੱਖ ਆਗੂ ਸੀਗੇ ਜਗਜੀਤ ਰੈਣਾ ਸ਼ਾਇਦ, ਤਾਂ ਜਗਮੋਹ ਰੈਣਾ ਨਾਲ ਮੈਂ ਗੱਲ ਕੀਤੀ, ਉਹ ਕਾਫੀ ਵੱਡਾ ਨਾਂ, ਉਹੀ ਇਕੱਲੇ ਇੱਕ ਆਗੂ ਸੀ ਜਿਹਨਾਂ ਨੇ ਇਸ ਮੁੱਦੇ ਨੂੰ ਬੜੇ ਸਾਇੰਟਿਫਿਕ ਢੰਗ ਨਾਲ ਉੱਥੇ ਪੇਸ਼ ਕੀਤਾ। ਉਹਨਾਂ ਨੇ ਮੈਨੂੰ ਦੱਸਿਆ ਕਿ ਕਸ਼ਮੀਰ ਵਿੱਚ ਤਾਂ ਕਈ ਇਹੋ ਜਿਹੇ ਵੀ ਕੇਸ ਨੇ ਜਿੱਥੇ ਮੁੰਡਾ ਸਿੱਖ ਹੈ ਤੇ ਕੁੜੀ ਮੁਸਲਮਾਨ ਹੈਗੀ ਆ, ਉੱਥੇ ਮਾੜੇ ਮੋਟੇ ਪ੍ਰੋਟੈਸਟ ਵੀ ਹੋਏ ਸੀਗੇ, ਪਰ ਉੱਥੇ ਕੋਈ ਏਡੀ ਵੱਡੀ ਗੱਲ ਨਹੀਂ। ਪਰ ਮਨਜਿੰਦਰ ਸਿਰਸਾ ਨੇ ਜਿਵੇਂ ਇਹਨੂੰ ਲਵ ਜਹਾਜ਼ ਕਹਿ ਕੇ ਸਿੱਖਾਂ ਦੇ ਮੂੰਹ 'ਚ ਗੱਲ ਪਾਉਣ ਦੀ ਕੋਸ਼ਿਸ਼ ਕੀਤੀ, ਤੇ ਬਹੁਤ ਸਾਰੇ ਕਸ਼ਮੀਰ ਵਾਲੇ ਸਿੱਖ ਤਾਂ ਇਹਦੇ ਵਿੱਚੋਂ ਮਤਲਬ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਉਲਝਾ ਹੀ ਲਿਆ ਗਿਆ ਸੀ ਨਾ। ਇਸ ਕਰਕੇ ਜਿਹੜੇ ਸਮਾਜ ਦੇ ਵਿੱਚ ਸਾਡੀ ਇਹ ਮਾਨਸਿਕਤਾ ਵਾ ਪਿੱਤਰਵਾਦੀ, ਸਭ ਤੋਂ ਪਹਿਲਾਂ ਸਾਨੂੰ ਇਸ ਪਿੱਤਰਵਾਦੀ ਮਾਨਸਿਕਤਾ ਨਾਲ ਲੜਨਾ ਪਏਗਾ। ਜਿਹੜੀ ਔਰਤਾਂ ਵਾ ਉਹਨਾਂ ਨੂੰ ਔਰਤ ਮੰਨਣਾ ਪਏਗਾ, ਜਿਹੜਾ ਤੁਸੀਂ ਕਹਿੰਦੇ ਵੀ ਔਰਤਾਂ ਦੇਵੀਆਂ ਨੇ ਜੀ, ਮਾਂ ਭੈਣ ਆ, ਬਈ ਇਹ ਕੁਛ ਵੀ ਲੱਕ ਬਣਾ ਦਿਓ ਉਹਨਾਂ ਨੂੰ, ਤੁਸੀਂ ਉਹਨੂੰ ਸਿਰਫ ਔਰਤ ਮੰਨੋ, ਇਹ ਮੰਨੋ ਕਿ ਉਸ ਔਰਤ ਨੂੰ ਸਾਡੇ ਵਾਂਗੂ ਅਧਿਕਾਰ ਵੀ ਹੈਗੇ ਨੇ। ਜੇਕਰ ਤੁਹਾਡੀ ਇਹ ਮਾਨਸਿਕਤਾ ਚੇਂਜ ਨਹੀਂ ਹੁੰਦੀ ਤਾਂ ਫਿਰਕਾਪ੍ਰਸਤ ਪਾਰਟੀਆਂ ਤੁਹਾਨੂੰ ਆਏ ਹੱਕਣਗੀਆਂ। ਬਿਲਕੁਲ ਜੀ, ਰੁੱਖ ਵਾਪਸ ਪੰਜਾਬ ਦਾ ਕਰਦੇ ਹਾਂ, ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰਦੇ ਹਾਂ ਜਾਂਦੇ ਜਾਂਦੇ। ਸ਼ਿਵਿੰਦਰ ਜੀ, ਲੇਟੈਸਟ ਅਪਡੇਟ ਕੀ ਰਹੇਗੀ? ਅੱਜ ਚੋਣ ਪ੍ਰਚਾਰ ਵੀ ਲਗਭਗ ਬਰੂਹਾਂ ਤੇ ਖਤਮ ਹੋ ਚੁੱਕਿਆ, ਕੀ ਕਹਿਣਾ ਚਾਹੋਗੇ, ਕਿਹੋ ਜੀ ਤਸਵੀਰ? ਇਸ ਸਮੇਂ ਚੋਣ ਪ੍ਰਚਾਰ ਬੰਦ ਹੋ ਚੁੱਕਿਆ, ਇਸ ਸਮੇਂ ਆਖਰੀ ਟਾਈਮ ਦੇ ਵਿੱਚ ਲਗਭਗ ਹੁਣ ਸਾਰਿਆਂ ਨੇ ਜ਼ੋਰ ਲਾ ਲਿਆ, ਚਾਰੇ ਪਾਰਟੀਆਂ ਦੇ ਲਈ ਇਹ ਵਕਾਰ ਦਾ ਸਵਾਲ ਬਣਿਆ ਹੋਇਆ। ਅਕਾਲੀ ਦਲ ਦੇ ਬਾਰੇ ਕੁਛ ਇਹ ਦਾਅਵਾ ਜ਼ਰੂਰ ਹੋ ਰਿਹਾ ਕਿ ਥੋੜਾ ਜਿਹਾ ਉਹਨੇ ਆਪਣੀ ਪਰਫਾਰਮੈਂਸ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਇਹ ਪਰਫਾਰਮੈਂਸ ਠੀਕ ਕਰਕੇ ਕਿੰਨੀ ਠੀਕ ਕੀਤੀ ਆ ਕਿ ਉਹ, ਕਿਉਂਕਿ ਮੇਨ ਮੁਕਾਬਲਾ ਤਾਂ ਹਾਲੇ ਵੀ ਕਾਂਗਰਸ ਤੇ ਆਪ ਦੇ ਵਿਚਕਾਰ ਹੀ ਮੰਨਿਆ ਜਾ ਰਿਹਾ ਹੈਗਾ, ਕਿ ਉਹ ਇਹਨਾਂ ਜਿਹੜੀਆਂ ਦੋ ਪੋਜੀਸ਼ਨਾਂ ਵਾ ਉਹਨਾਂ ਨੂੰ ਢਾ ਕੇ ਉਹ ਵੀ ਇਹ ਦਾਅਵਾ ਕਰ ਸਕਦਾ, ਜਾਂ ਫਿਰ ਵੀ ਹੁਣ ਮੁਕਾਬਲਾ ਜੀ ਟਿਕਾਉਣੀ ਹੈ, ਇਹ ਹੁਣ ਪਤਾ ਲੱਗੇਗਾ ਅੱਗੇ ਚੱਲ ਕੇ, ਜਾਂ ਫਿਰ ਜਿਹਦੇ ਵੋਟਾਂ ਪੈ ਗਈਆਂ ਉਦੋਂ ਪਤਾ ਲੱਗੇਗਾ। ਹਾਲ ਦੀ ਘੜੀ ਤਾਂ ਮੈਂ ਕਿ ਆਹੀ 2 ਦਿਨ ਪਹਿਲਾਂ ਜਦੋਂ ਜਲੰਧਰੋਂ ਆਇਆ ਸੀ ਦੌਰਾ ਕਰਕੇ, ਉਦੋਂ ਤਾਂ ਇਹੀ ਸੀਗਾ ਕਿ ਦੋ ਪਾਰਟੀਆਂ ਦੇ ਵਿਚਕਾਰ ਮੁਕਾਬਲੇ ਦੀ ਸਿੱਧੀ ਸੰਭਾਵਨਾ ਬਣੀ ਹੋਈ ਸੀ, ਤੇ ਹੁਣ ਪ੍ਰਚਾਰ ਬੰਦ ਹੋ ਗਿਆ। ਹੁਣ ਤਾਂ ਇਹੀ ਆ ਕਿ ਲੋਕ ਕਿਹਨੂੰ ਜਿਤਾਉਂਦੇ ਨੇ, ਕਿਹਦੇ ਹੱਕ 'ਚ ਭੁਗਤਦੇ ਨੇ, ਇਹ ਵੱਡੀ ਗੱਲ ਆ। ਪਰ ਇੱਕ ਚੀਜ਼ ਮੈਂ ਦੇਖੀ ਆ, ਮੈਨੂੰ ਇਹ ਲੱਗਦਾ ਕਿ ਲੋਕਾਂ 'ਚ ਨਾ ਐਤਕੀ ਉਤਸ਼ਾਹ ਨਹੀਂ ਸੀ ਬਹੁਤਾ ਜੀ, ਐਤਕੀ ਵੋਟ ਪ੍ਰਤੀਸ਼ਤ ਕੱਢਣ ਦਾ ਮੈਨੂੰ ਹੈ ਵੀ ਵੋਟ ਪ੍ਰਤੀਸ਼ਤ ਸ਼ਾਇਦ ਉਸ ਤਰ੍ਹਾਂ ਨਾ ਹੋਵੇ। ਤੁਸੀਂ ਦੇਖੋ ਨਾ ਵੀ ਵੱਡੇ ਵੱਡੇ ਲੀਡਰ ਆਏ ਹੋਣ, ਉਹ ਲੀਡਰਾਂ ਨੂੰ ਦੇਖਣ ਦਾ ਕੋਈ ਚਾਅ ਨਾ ਹੋਵੇ, ਅੱਗੇ ਜਿਵੇਂ ਹੁੰਦਾ ਸੀ ਵੀ ਫਲਾਣਾ ਬੰਦਾ ਆਇਆ ਯਾਰ ਉਹਨੂੰ ਸੁਣ ਕੇ ਆਈਏ ਹੋਰ, ਮਰਹੂਮ ਸਿੱਧੂ ਮੂਸੇਵਾਲਾ ਦੇ
ਜੋ ਪਿਤਾ ਨੇ ਮਾਤਾ ਨੇ ਉਹਨਾਂ ਦੇ ਚਰਨ ਕੌਰ, ਉਹ ਉਦੋਂ ਕਾਫੀ ਰੁਝਾਨ ਉਤਸ਼ਾਹ ਇੱਕਦਮ ਦੇਖਿਆ ਤੇ ਇਹ ਖਬਰਾਂ ਵੀ ਆਈਆਂ ਕਿ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਅੱਜ ਜਾਂ ਕੱਲ ਜਦੋਂ ਵੀ, ਇਹ ਕਿੱਦਾਂ ਦੀ ਸੱਚਾਈ ਹੈ ਜਾਂ ਕੀ ਪ੍ਰਭਾਵ ਇਹਦਾ ਪੈ ਰਿਹਾ? ਖਬਰਾਂ ਉਹ ਠੀਕ ਸੀ, ਉਹਦਾ ਕਾਰਨ ਦੇਖੋ ਇਹ ਵੀ ਇੱਕ ਬੜੀ ਨੋਟ ਕਰਨ ਵਾਲੀ ਹੈ। ਇੱਕ ਪਾਸੇ ਤਾਂ ਕੇਜਰੀਵਾਲ ਆਉਂਦਾ ਜੀ, ਉਹਨਾਂ ਨਾਲ ਗੱਡੀਆਂ ਦਾ ਕਾਫਲਾ ਜਿਹਾ ਹੁੰਦਾ ਉਹ ਉਨਾ ਜ਼ਿਆਦਾ ਨਹੀਂ ਦਿਖਾਈ ਦਿੰਦਾ, ਬਲਕੌਰ ਸਿੰਘ ਦੇ ਹੱਕ ਦੀ ਕਾਫੀ ਵੱਡੀ ਭੀੜ ਉਮੜਦੀ ਹੈ, ਨੂਰ ਮਹਿਲ ਚ ਬਹੁਤ ਵੱਡਾ ਇਕੱਠ ਹੁੰਦਾ, ਹੋਰ ਕੁਛ ਥਾਵਾਂ ਦੇ ਉੱਤੇ ਹੁੰਦਾ ਜੀ। ਉਹ ਮਤਲਬ ਇੱਕ ਤਰ੍ਹਾਂ ਨਾਲ ਨਾ ਦੇਖੋ ਗੱਲ ਕਿ ਜਦੋਂ ਉਹ ਨਾ ਪੰਜਾਬ ਦੇ ਵਿੱਚ ਇੱਕ ਭਾਵਨਾ ਦਾ ਕੰਮ ਕਰਦੀ ਹੈ ਨਾ ਵੀ ਇਹਦਾ ਜਵਾਨ ਪੁੱਤ ਦੀ ਮੌਤ ਹੋਈ ਆ, ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ, ਕਿਉਂਕਿ ਜਿਵੇਂ ਲੋਕਾਂ ਨੂੰ ਵੀ ਆਪਣੇ ਪੁੱਤ ਪਿਆਰੇ ਹੁੰਦੇ ਨੇ, ਲੋਕਾਂ ਦੇ ਵਿੱਚ ਵੀ ਆਹੀ ਭਾਵਨਾ ਹੁੰਦੀ ਹੈ ਵੀ ਸਾਡਾ ਮੁੰਡਾ ਵੱਡਾ ਹੋ ਕੇ ਕਮਾਈ ਕਰੂਗਾ, ਸੋਹਣਾ ਘਰ ਰੱਖੂ, ਸਾਨੂੰ ਸੁਰਗਾਂ ਚ ਰੱਖੂਗਾ, ਇਹ ਨਾ ਫੀਲਿੰਗ ਉਹ ਦੇਖਦੇ ਨੇ ਵੀ ਫਲਾਣੇ ਮੁੰਡੇ ਨੇ ਤਾਂ ਕਰ ਦਿੱਤਾ ਪਰ ਉਹ ਬੇਚਾਰਾ ਮੁੰਡਾ ਹੀ ਨਹੀਂ ਰਿਹਾ। ਜਿਹੜਾ ਇੱਕ ਮਨ ਇਹ ਮਾਨਸਿਕ ਤੌਰ ਤੇ ਨਾ ਲੋਕਾਂ ਨੂੰ ਕਾਫੀ ਅਪੀਲ ਕਰਦੀਆਂ ਇਹ ਗੱਲਾਂ। ਸੋ ਇਸ ਕਰਕੇ ਬਲਕੌਰ ਸਿੰਘ ਦੇ ਨਾਲ ਉਹ ਭਾਵੁਕ ਚੀਜ਼ ਜੁੜੀ ਹੋਈ ਸੀ, ਉਹਨੇ ਭਾਵੁਕ ਤੌਰ ਤੇ ਉੱਤੇ ਅਪੀਲ ਕੀਤੀ, ਆਮ ਆਦਮੀ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਉਹਨੂੰ ਲੱਗਿਆ ਕਿਉਂਕਿ ਉਹਨੇ ਕਹਿ ਦਿੱਤਾ ਕਿ ਜੇ ਤੁਸੀਂ ਮੈਨੂੰ ਰੋਕੋਗੇ ਫਿਰ ਤਾਂ ਮੈਂ 10 ਤਰੀਕ ਤੱਕ ਹੀ ਇੱਥੇ ਬੈਠਾ ਰਹੂੰਗਾ, ਤੇ ਉਹ ਫਿਰ ਇਹਨਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਫਿਰ ਢਿੱਲੇ ਵੀ ਹੋਣਾ ਪਿਆ। ਉਹ ਮਤਲਬ ਇੱਕ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਲਾਇਕੀ ਸੀਗੀ, ਉਹਨੂੰ ਇਸ ਤਰ੍ਹਾਂ ਰੋਕਣਾ, ਹਰੇਕ ਨੂੰ ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਤੇ ਉਹਨੇ ਉਹ ਜੇ ਤੁਹਾਡੇ ਵਿਰੁੱਧ ਕਰ ਰਿਹਾ ਸੀ ਉਹਦਾ ਡੈਮੋਕ੍ਰੇਟਿਕ ਅਧਿਕਾਰ ਹੈ। ਵੋਟ ਪ੍ਰਤੀਸ਼ਤਤਾ ਘਟਣ ਦੀ ਗੱਲ ਕੀਤੀ ਜਾਂਦੀ ਜਾਂਦੇ ਇਹ ਵੀ ਦੱਸ ਦਿਓ ਫਿਰ ਜੇ ਘਟਦੀ ਹੈ ਤਾਂ ਫਾਇਦਾ ਕਿਹਦਾ ਹੋਊ, ਜੇ ਵੱਧਦੀ ਹੈ ਤਾਂ ਫਾਇਦਾ ਕਿਸ ਪਾਰਟੀ ਨੂੰ ਜਾ ਸਕਦਾ? ਨਹੀਂ ਹੁਣ ਇਹਦੇ ਵਿੱਚ ਆਹ ਗੱਲ ਰਹਿ ਨਹੀਂ ਗਈ ਆਪਣਾ ਬਰਾੜ ਸਾਹਿਬ ਵੀ ਘਟਦੀ ਹੈ ਤਾਂ ਕਿਹਦਾ ਫਾਇਦਾ ਹੋਊ, ਕਿਉਂਕਿ ਮੈਨੂੰ ਲੱਗਦਾ ਨਾ ਲੋਕ ਇੱਕ ਤਰ੍ਹਾਂ ਦਾ ਜਿਹੜਾ ਹੈਗਾ, ਮੈਂ ਉਹ ਘਟਣ ਵਾਲੇ ਐਂਗਲ ਤੋਂ ਹੀ ਕਹਿ ਰਿਹਾ ਹੁਣ ਵੀ ਜਿਹੜਾ ਜਿਹੜਾ ਤੁਹਾਡੇ ਨਾਲ ਗੱਲ ਕੀਤੀ ਹੈ ਨਾ, ਕਿਉਂਕਿ ਮੈਂ ਮੰਨ ਕੇ ਚੱਲ ਹੀ ਨਹੀਂ ਰਿਹਾ ਸੀ ਵੀ ਉਰੇ ਵੋਟ ਪ੍ਰਤੀਸ਼ਤ ਵਧੂਗੀ, ਉਹਦਾ ਕਾਰਨ ਕੀ ਹੈ? ਕਿਉਂਕਿ ਇੱਕ ਤਾਂ 6 ਮਹੀਨੇ ਲਈ ਚੋਣ ਹੋ ਗਈ, ਹੁਣ ਕਈ ਬੰਦਿਆਂ ਨੇ ਮੈਨੂੰ ਦੱਸਿਆ ਕਹਿੰਦੇ ਯਾਰ 6 ਮਹੀਨੇ ਬਾਅਦ ਫੇਰ ਕਹਿੰਦੇ ਅਸੀਂ ਵੋਟ ਪਾਉਣ ਜਾਵਾਂਗੇ ਤੇ ਇਹਨਾਂ ਨੇ ਜਿਹੜਾ ਹੈਗਾ ਵੀ ਬੰਦਾ ਜਿਹੜਾ ਫਿਰ 6 ਮਹੀਨੇ ਬਾਅਦ ਹੀ ਕਰਾ ਲੈਂਦੇ, ਮਤਲਬ ਕੋਈ ਆਮ ਸਿੱਧੜ ਜਿਹੇ ਜਿਹੜੇ ਲੋਕ ਹੁੰਦੇ ਉਹ ਆਹ ਵੀ ਗੱਲ ਕਰ ਰਹੇ ਸੀਗੇ। ਉਹ ਮੈਂ ਇਹ ਤਾਂ ਮੈਂ ਮੰਨ ਕੇ ਚੱਲਦਾ ਸੀ ਕਿ ਵੋਟ ਪ੍ਰਤੀਸ਼ਤ ਘਟਣੀ ਆ ਤੇ ਮੈਨੂੰ ਇਹ ਵੀ ਲੱਗਦਾ ਕਿ 55% ਤੋਂ ਸ਼ਾਇਦ ਵੱਧ ਨਾ ਪਵੇ ਵੋਟ, ਤੇ ਉਹਦੇ ਵਿੱਚ 55% ਤੋਂ ਵੱਧ ਨਾ ਪਵੇ ਫਿਰ ਇਹੀ ਚੀਜ਼ ਹੈ ਵੀ ਇੱਕ ਤਾਂ ਦੇਖੋ ਇਹਨੂੰ ਆਏ ਆਪਾਂ ਦੇਖ ਲੈਂਦੇ ਜੇ ਥੋੜਾ ਜਿਹਾ ਹੋਰ ਸੌਖਾ ਕਰ ਦਿੰਦਾ ਮੈਂ ਤੁਹਾਡਾ ਕੰਮ ਜੀ। ਇਸ ਇਲਾਕੇ ਵਿੱਚ ਨਾ ਕਈ ਸਾਰੇ ਸੈਕਟਰ ਕੰਮ ਕਰਦੇ ਹੈਗੇ ਨੇ, ਇੱਕ ਤਾਂ ਚੌਧਰੀ ਪਰਿਵਾਰ ਆ ਜਿਹੜਾ ਉਹਦਾ ਉਹਦੇ ਨਾਲ ਇੱਕ ਭਾਵੁਕ ਸਪੋਰਟ ਜੁੜੀ ਹੋਈ ਹੈਗੀ ਆ, ਕਿਉਂਕਿ ਉਹਨਾਂ ਦਾ ਆਪਣਾ ਆਧਾਰ ਵੀ ਹੈਗਾ, ਸੰਤੋਖ ਚੌਧਰੀ ਦਾ ਮੁੰਡਾ ਫਿਲੌਰ ਤੋਂ MLA ਵੀ ਹੈ ਜੀ, ਇੱਕ ਤਾਂ ਇਹ ਚੀਜ਼ ਹੈ। ਦੂਜਾ ਹੈ ਕਿ ਆਮ ਆਦਮੀ ਪਾਰਟੀ ਦਾ ਸਾਬਤੀ ਵਿਰੋਧੀ ਰੁਝਾਨ ਹੋ ਸਕਦਾ, ਲੇਕਿਨ ਦੂਜੇ ਪਾਸੇ ਉਹਦਾ ਇੱਕ ਫਾਇਦਾ ਇਹ ਵੀ ਹੁੰਦਾ ਵੀ ਲੋਕਾਂ ਨੂੰ ਹੁੰਦਾ ਵੀ ਯਾਰ ਸੱਤਾ ਵਿੱਚ ਇਹਦੇ ਕੰਮ ਵੀ ਲੈਣੇ, ਜਿਵੇਂ ਖੁਦ ਵੀ ਕਹਿੰਦੇ ਨੇ ਇਹਨਾਂ ਨੇ ਕਈ ਪੰਚਾਂ ਸਰਪੰਚਾਂ ਨੂੰ ਫੋਨ ਕੀਤੇ ਨੇ ਕਿ ਜੇਕਰ ਸਾਨੂੰ ਤੁਸੀਂ ਵੋਟ ਨਹੀਂ ਪਾਓਗੇ ਫਿਰ 4 ਸਾਲ ਤੁਹਾਡਾ ਕੰਮ ਨਹੀਂ ਕਰਾਂਗੇ। ਇਹ ਮੈਨੂੰ ਆਫ ਦੀ ਰਿਕਾਰਡ ਇੱਕ ਸਰਪੰਚ ਨੇ ਖੁਦ ਵੀ ਕਿਹਾ ਇਹ ਗੱਲ ਕਿ ਜੀ ਜ਼ਿਲ੍ਹਾ ਪੱਧਰੀ ਅਫਸਰਾਂ ਤੋਂ ਫੋਨ ਕਰਾ ਰਹੇ ਨੇ ਆਪਣੇ ਲੋਕਲ ਲੀਡਰ, ਇਹਨਾਂ ਸਾਨੂੰ ਕਹਿ ਰਹੇ ਹੈਗੇ ਨੇ, ਇਹ ਚੀਜ਼ ਇੱਕ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਅਕਾਲੀ ਦਲ ਹੈ, ਅਕਾਲੀ ਦਲ ਦਾ ਉਮੀਦਵਾਰ ਜਿਹੜਾ ਸੁਖਵਿੰਦਰ ਸੁੱਖੀ ਆ ਉਹਦਾ ਭਾਵੇਂ ਉਹ ਹੈ ਦੂਜੇ ਪਾਸਿਓਂ ਆ ਮਤਲਬ ਨਵਾਂ ਸ਼ਹਿਰ ਤੋਂ ਆ, ਪਰ ਉਹਦਾ ਉਧਾਰ ਮੰਨਿਆ ਜਾਂਦਾ ਹੈਗਾ ਵੀ ਉਹਦੀ ਸ਼ਖਸੀਅਤ ਠੀਕ ਹੈ। ਅਕਾਲੀ ਬੀਜੇਪੀ ਨੇ ਸਿੱਖ ਚਿਹਰਾ ਲਿਆਂਦਾ, ਉਹਨੇ ਵੱਡੀ ਚੀਜ਼ ਹੈਗੀ ਹੈ ਕਿ ਟੋਟਲ ਜਿਹੜਾ ਨਾ ਜਲੰਧਰ ਦੇ ਵਿੱਚ ਦਲਿਤ ਆਬਾਦੀ ਦੀ ਗੱਲ ਕਰੀਏ, ਦਲਿਤ ਆਬਾਦੀ 38-40% ਹੈ, ਉਹਦੇ ਵਿੱਚੋਂ ਵੀ ਹੁਣ ਜੇ ਦਲਿਤਾਂ ਵਿੱਚੋਂ ਵੀ ਸਭ ਤੋਂ ਵੱਡੀ ਗਿਣਤੀ ਹੈਗੀ ਹੈ ਰਵਿਦਾਸੀਆ ਭਾਈਚਾਰੇ ਦੀ, ਰਵਿਦਾਸੀਆ ਭਾਈਚਾਰੇ ਦੀ ਗਿਣਤੀ ਜਿਹੜੀ ਹੈਗੀ ਹੈ ਟੋਟਲ ਆਬਾਦੀ ਦਾ 27% ਹੈਗੀ ਹੈ, ਮਤਲਬ ਇੱਕ ਵੱਡਾ ਭਾਈਚਾਰਾ ਹੈਗਾ। ਇਹਦੇ ਵਿੱਚ ਕੀ ਆ ਕਿ ਜਿਹੜੀਆਂ 3 ਪਾਰਟੀਆਂ ਨੇ ਅਕਾਲੀ ਆਪਣਾ ਕਾਂਗਰਸ ਤੇ ਆਪ, ਇਹਨਾਂ ਨੇ ਰਵਿਦਾਸੀਆ ਭਾਈਚਾਰੇ ਦੇ ਵਿੱਚੋਂ ਬੰਦਾ ਖੜਾ ਕੀਤੇ ਨੇ ਆਪਣੇ, ਤੇ ਜੋ ਬੀਜੇਪੀ ਆ ਬੀਜੇਪੀ ਨੇ ਮਜ਼੍ਹਬੀ ਸਿੱਖ ਭਾਈਚਾਰੇ ਵਿੱਚੋਂ ਖੜਾ ਕੀਤਾ। ਹੁਣ ਕਹਾਣੀ ਹੈ ਕਿ ਮਜ਼੍ਹਬੀ ਸਿੱਖ ਭਾਈਚਾਰੇ ਦਾ ਆ ਜਿਹੜਾ ਸ਼ਾਹਕੋਟ ਬੰਨੀ ਦਾ ਹੈਗਾ ਆਧਾਰ, ਪਰ ਟੋਟਲੀ ਨਾ ਜਦੋਂ ਇਹ ਆਪਾਂ ਦੇਖਿਆ ਜਾਂਦਾ ਤੇ ਉਹਦੇ ਨਾ ਜਿੰਨੀਆਂ ਉਰੇ ਦੀਆਂ ਦਲਿਤ ਕਾਸਟ ਨੇ ਉਹ ਵੀ 39 ਕਾਸਟ ਨੇ, ਫਿਰ ਉਹਨਾਂ ਵਿੱਚ ਆਪਸ ਵਿੱਚ ਹੀ ਕੰਟਰਾਡਕਸ਼ਨ ਆ, ਕੰਟਰਾਡਕਸ਼ਨ ਇਸ ਹੱਦ ਤੱਕ ਹੈਗੀ ਆ। ਇੱਕ ਟਾਈਮ ਤਾਂ ਉਹ ਵੀ ਸੀ ਕਿ ਜਿਹੜੀ ਰਵਿਦਾਸੀਆ ਵੋਟਾਂ ਨੇ ਇਕੱਠੀ ਹੋ ਜਾਂਦੀ ਆ ਸਾਰੀ, ਜਿਵੇਂ ਚੰਨੀ ਫੈਕਟਰ ਚੱਲਣ ਦਾ ਕਾਰਨ ਇਹੀ ਸੀਗਾ ਜਲੰਧਰ ਵਿੱਚ ਉਹ ਵਿਧਾਨ ਸਭਾ ਚੋਣ ਦੌਰਾਨ, ਕਿਉਂਕਿ ਉਹ ਰਵਿਦਾਸੀਆ ਭਾਈਚਾਰੇ ਜੋ ਸੀਗਾ ਰਵਿਦਾਸੀਆ ਇੱਕਜੁੱਟ ਦਿਖੇ ਸੀਗੇ ਸਾਨੂੰ, ਜਾਂ ਇੱਧਰ ਇੱਕਜੁੱਟ ਹੋ ਜਾਂਦੇ ਨੇ, ਪਰ ਜਿਹੜਾ ਮਜ਼੍ਹਬੀ ਆਪਣਾ ਸਿੱਖ ਭਾਈਚਾਰਾ ਉਹਦੀ ਦਿੱਕਤ ਹੈ ਕਿ ਉਹਦਾ ਵਾਲਮੀਕੀ ਭਾਈਚਾਰਾ ਨਹੀਂ ਚੱਲਦਾ ਤੇ ਨਾ ਹੀ ਰਵਿਦਾਸੀਆ ਭਾਈਚਾਰਾ ਚੱਲਦਾ, ਨਾ ਹੀ ਜਿਹੜਾ ਦੂਜੇ ਚੱਲਦੇ ਨੇ। ਬਿਲਕੁਲ ਇਸੇ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਗਲਤੀ ਕੀਤੀ ਸੀ ਕਾਂਗਰਸ ਆਪਣੇ ਅਕਾਲੀ ਦਲ ਨੇ ਜਦੋਂ ਸੰਸਰਾਜ ਹੰਸ ਨੂੰ 2009 ਦੇ ਵਿੱਚ ਟਿਕਟ ਦਿੱਤੀ ਸੀ, ਉਦੋਂ ਮਹਿੰਦਰ ਸਿੰਘ ਗੇਬੀ ਸੀਗੇ ਕਾਂਗਰਸ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਹੰਸਰਾਜ ਹੰਸ ਸੀਗੇ,
ਤੇ ਹੰਸਰਾਜ ਮਜ਼ਬੀ ਸਿੱਖ ਭਾਈਚਾਰੇ ਚੋਂ ਸੀਗੇ ਤੇ ਮਹਿੰਦਰ ਸਿੰਘ ਕੇਪੀ ਸੀਗੇ ਜਿਹੜੇ ਉਹ ਸੀਗੇ ਰਵਿਦਾਸੀਆ ਭਾਈਚਾਰੇ ਤੋਂ, ਉਦੋਂ ਮਹਿੰਦਰ ਸਿੰਘ ਕੇਪੀ ਜਿੱਤ ਗਏ ਸੀਗੇ। ਇਸੇ ਤਾਂ ਕੰਟਰੀ ਦੱਖਣੀ ਇਸ ਤਰ੍ਹਾਂ ਦੀ ਰਹੀ ਹੈ ਜਿਹੜਾ ਹੁਣ ਰਵਿਦਾਸੀਆ ਭਾਈਚਾਰਾ ਜਿੱਤਾਂ ਨੂੰ ਇਕਜੁੱਟ ਲੱਗਦਾ। ਇਹਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਸੀ ਕਿ ਜਦੋਂ ਮੈਂ ਜਲੰਧਰ ਦੌਰਾਨ ਇੱਥੇ ਗਿਆ ਤਾਂ ਮੈਂ ਇਹਨੂੰ ਇਹ ਖੋਜਿਆ ਕਿ ਇੱਕ ਟਾਈਮ ਸੀ ਜਦੋਂ ਰਵਿਦਾਸੀਆ ਭਾਈਚਾਰੇ ਵਿੱਚ ਵੀ ਆਪਸ ਵਿੱਚ ਇੱਕ ਕੰਟਰਾਡਕਸ਼ਨ ਰਹੀ ਹੈ, ਉਹ ਕੀ ਰਹੀ ਹੈ ਕਿ ਰਵਿਦਾਸੀਆ ਭਾਈਚਾਰਾ ਦੋ ਤਰ੍ਹਾਂ ਦਾ, ਇੱਕ ਤਾਂ ਉਰੇ ਦਾ ਮੂਲ ਹੈ ਜਿਹੜਾ ਇੱਥੇ ਦਾ ਪੁਰਾਣਾ ਰਹਿੰਦਾ, ਇੱਕੋ ਭਾਈਚਾਰਾ ਜਿਹੜਾ ਕਿ ਸਿਆਲਕੋਟੋਂ ਆਇਆ ਹੋਇਆ, ਸਿਆਲਕੋਟੋਂ ਜਦੋਂ ਖੇਡ ਇੰਡਸਟਰੀ ਦਾ ਉਜਾੜਾ ਹੋਇਆ ਵੰਡ ਦੇ ਦੌਰਾਨ ਉਹ ਇੱਧਰ ਆਪਣੇ ਦੁਆਬੇ ਕੰਨੀ ਆ ਕੇ ਵੱਸ ਗਈ, ਉਹਦੇ ਨਾਲ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਆ ਗਏ। ਹੁਣ ਇਹ ਉਹਨਾਂ ਵਿੱਚ ਫਰਕ ਸੀ ਇਹ ਸੀ ਕਿ ਇੱਕ ਤਾਂ ਰੰਗ ਦਾ ਫਰਕ ਸੀ, ਉਧਰੋਂ ਆਉਣ ਵਾਲਿਆਂ ਦਾ ਰੰਗ ਚਿੱਟਾ ਸੀਗਾ, ਇੱਧਰ ਵਾਲਿਆਂ ਦਾ ਕਾਲਾ ਸੀ, ਇੱਕ ਅੰਬੇਡਕਰ ਨੂੰ ਆਪਣੇ ਇਸ਼ਟ ਮੰਨਦੇ ਸੀ, ਕਾਦੀ ਧਰਮ ਵਾਲਿਆਂ ਨੂੰ ਮੰਨਦੇ ਸੀਗੇ, ਇੱਕ ਸੁੱਕੇ ਚਮੜੇ ਦਾ ਕੰਮ ਕਰਦੇ ਸੀ, ਗਿੱਲੇ ਚਮੜੇ ਦਾ ਕੰਮ ਕਰਦੇ ਸੀ। ਫਿਰ ਜਿਹੜਾ ਉਹ ਲੀਡਰ ਹੋਇਆ ਨਾ ਸੁਰਿੰਦਰ ਮਹੇ, ਸੁਰਿੰਦਰ ਮਹੇ ਨੇ ਆਪਣੇ ਪਰਿਵਾਰ ਦੇ ਵਿੱਚੋਂ ਦੂਜੇ ਜਿਹੜਾ ਰਵਿਦਾਸੀਆ ਭਾਈਚਾਰੇ ਦਾ ਦੂਜਾ ਵਰਗ ਆ ਉਹਦੇ ਨਾਲ ਵਿਆਹ ਕਰਕੇ ਇਹ ਸਾਂਝ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਤੇ ਇੱਥੋਂ ਤੱਕ ਇਹਨਾਂ ਦੇ ਮੁਹੱਲੇ ਵੀ ਪਹਿਲਾਂ ਅਲੱਗ ਅਲੱਗ ਹੁੰਦੇ ਸੀਗੇ, ਜਾਂ ਹੁਣ ਵੀ ਕਹਿ ਲਓ ਕਿ ਮੰਨੇ ਜਾਂਦੇ ਨੇ ਵੀ ਅਲੱਗ ਅਲੱਗ ਹੈਗੇ ਨੇ। ਇਹ ਮਤਲਬ ਜਿਹੜਾ ਜਾਤਾਂ ਦੀਆਂ ਉਪਜਾਤਾਂ ਉਹਨਾਂ ਦੇ ਵਿੱਚ ਵੀ ਕਾਫੀ ਤੁਹਾਨੂੰ ਜਿਹੜਾ ਦੇਖਣ ਨੂੰ ਜਿਹੜਾ ਇਹ ਚੀਜ਼ਾਂ ਮਿਲਦੀਆਂ ਨੇ, ਇੱਥੇ ਦਾ ਇੱਕ ਜਿਹੜਾ ਜਾਤੀ ਸਮੀਕਰਨ ਬਣਦਾ ਉੱਥੇ ਦਾ। ਜੀ ਜੀ ਬਿਲਕੁਲ। ਇੱਕ ਜਾਂਦੇ ਜਾਂਦੇ ਬੜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ, ਉਹ ਕੋਈ ਹੈ ਆਪਣੇ ਕੋਲ ਅਪਡੇਟ? ਮੇਰੇ ਕੋਲ ਨਹੀਂ ਇਹਦੀ ਹਾਲੇ ਹੈਗੀ ਹੈ, ਸ਼ਾਇਦ ਤਾਂ ਹੁਣੀ ਹੁਣੀ ਆਈ ਖਬਰ ਹੋਣੀ ਹੈ ਮੇਰੇ ਖਿਆਲ। ਜੀ ਜੀ ਬਹੁਤ ਬਹੁਤ ਧੰਨਵਾਦ ਸ਼ਵਿੰਦਰ ਜੀ ਅੱਜ ਦੀਆਂ ਚਰਚਿਤ ਖਬਰਾਂ 'ਤੇ ਟਿਕਾ ਟਿੱਪਣੀ ਲਈ, ਤੁਹਾਡਾ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਬ੍ਰੈਟ ਸਾਹਿਬ, ਸ਼ੁਕਰੀਆ ਜੀ। ਇਹ ਸਨ ਸੀਨੀਅਰ ਜਰਨਲਿਸਟ ਸ਼ਿਵਿੰਦਰ ਜੀ। ਅਤੇ ਦੋਸਤੋ ਇਸ ਦੇ ਨਾਲ ਹੀ ਰੇਡੀਓ ਪੰਜਾਬ ਟੂਡੇ ਦੇ ਚੱਲ ਰਹੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜਨਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਬੇਸ਼ੁਮਾਰ ਤੇ ਲੇਟੈਸਟ ਵੈਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਇਹ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ ਸਾਊਥ ਈਸਟ ਕੈਂਟ। ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661-797-2345। ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ